अज के वचन का थीम जेड़ा आ संगति करना फेलोशिप करना किन्नी इंपॉर्टेंट है संगति करना साडे लई हाउ इंपॉर्टेंट इट इज फॉर अस टू हैव फेलोशिप चर्च आना किन्ना जरूरी है हाउ इंपॉर्टेंट इज टू कम टू द चर्च क्वेश्चन उठता है चर्च की है एंड द क्वेश्चन इज व्हाट इज द चर्च चर्च परमेश्वर का शरीर है द चर्च इज द बॉडी ऑफ क्राइस्ट जिदा वचन दे विच लिखया चर्च नु दुल्हन भी कहा गया है एंड इट सेज इन द वर्ड ऑफ गॉड द चर्च इज द ब्राइड एज़ वेल परमेश्वर का शरीर परमेश्वर का मंदिर आपां नु कहा गया है किन्ने नाम परमेश्वर ने अपने शरीर नु दित्ते आ एंड वी आर कॉल्ड द बॉडी ऑफ क्राइस्ट एंड द टेंपल ऑफ द लॉर्ड सो मेनी नेम्स वी आर गिवन जी असीं फेलोशिप करांगे संगति करांगे ते परमेश्वर दी इच्छा नु पूरे करांगे इफ वी विल हैव फेलोशिप देन वी आर फुलफिलिंग गॉड्स विल चर्च दे विच संगति करन नाल साडी परमेश्वर दे नाल नेड़ता वधदी आ फेलोशिप वधदी आ व्हेन वी हैव फेलोशिप विद द चर्च दैट मींस वी आर हैविंग फेलोशिप विद द लॉर्ड वी आर गेटिंग क्लोजर टू द लॉर्ड जिदा वचन दे विच लिखया आ कि परमेश्वर दा शरीर आ चर्च आपां सारे ओदे शरीर दे अंग आ एंड इट सेज इन द वर्ड ऑफ गॉड एंड द चर्च इज द बॉडी ऑफ क्राइस्ट एंड वी आर ऑल पार्ट ऑफ दैट बॉडी जिन्नी देर आपां इकट्ठे नहीं होवांगे ਇਕੱਠੇ ਰਲ ਕੇ ਪ੍ਰਾਰਥਨਾ ਨਹੀਂ ਕਰਾਂਗੇ ਇਕੱਠੇ ਨਹੀਂ ਹੋਵਾਂਗੇ ਸਰੀਰ ਕਿੱਦਾਂ ਆਪਰੇਟ ਹੋਊਗਾ ਐਂਡ ਇਫ ਵੀ ਡੋਨਟ ਗੈਟ ਟੂਗੇਦਰ ਵੀ ਡੋਨਟ ਪ੍ਰੇ ਟੂਗੇਦਰ ਦੈਨ ਹਾਊ ਦ ਬਾਡੀ ਵਿਲ ਫੰਕਸ਼ਨ ਮੈਂ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਜਿਹੜੇ ਅਜੇ ਪੂਰੀ ਤਰ੍ਹਾਂ ਕਿਸੇ ਚਰਚ ਨਾਲ ਕਮਿਟਡ ਨਹੀਂਗੇ ਉਹ ਆਪਣੇ ਆਪ ਨੂੰ ਇੱਕ ਚਰਚ ਦੇ ਨਾਲ ਕਮਿਟਡ ਕਰੋ ਐਂਡ ਆਈ ਵਾਂਟ ਟੂ ਟੈਲ ਯੂ ਬ੍ਰਦਰਸ ਐਂਡ ਸਿਸਟਰ ਇਫ ਯੂ ਆਰ ਨਾਟ ਫੁਲੀ ਕਮਿਟਡ ਵਿਦ ਵਨ ਚਰਚ ਸੋ ਕਮਿਟ ਵਿਦ ਵਨ ਚਰਚ ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਇੱਥੇ ਹੀ ਆਵੋ ਜਾਂ ਉੱਥੇ ਹੀ ਜਾਵੋ ਇਹ ਤੁਹਾਨੂੰ ਤੁਹਾਡੀ ਆਤਮਾ ਕੀ ਕਹਿੰਦੀ ਆ ਆਪਣੀ ਰੂਹ ਨੂੰ ਸੁਣਨਾ ਕਿ ਤੁਹਾਨੂੰ ਕਿੱਥੇ ਪਰਮੇਸ਼ਰ ਦੀ ਹਜ਼ੂਰੀ ਤੇ ਉਹਦਾ ਸ਼ੋਅ ਮਹਿਸੂਸ ਹੁੰਦਾ ਹੈ ਐਂਡ ਵੀ ਆਰ ਨਾਟ ਸੇਇੰਗ ਗੋ ਹੇਅਰ ਗੋ ਥੇਅਰ অর ਗੋ ਐਨੀਵੇਅਰ ਬਟ ਵੀ ਵਾਂਟ ਟੂ ਟੈਲ ਯੂ ਥੈਟ ਲਿਸਨ ਟੂ ਦ ਵੌਇਸ ਆਫ ਦ ਹੋਲੀ ਸਪਿਰਿਟ ਐਂਡ ਵੇਅਰਐਵਰ ਦ ਸਪਿਰਿਟ ਆਫ ਦ ਲਾਰਡ ਪੁਟਸ ਇਨ ਯੋਰ ਹਾਰਟ ਐਂਡ ਗਿਵਸ ਯੂ ਪੀਸ ਡੂ ਥੈਟ ਜਿੰਨੀ ਦੇਰ ਆਪਾਂ ਚਰਚ ਨਾਲ ਕਮਿਟਡ ਨਹੀਂ ਹੁੰਦੇ ਓਨੀ ਦੇਰ ਉਸ ਚਰਚ ਦਾ ਜਿਹੜਾ ਅਭਿਸ਼ੇਕਤ ਕੀਤਾ ਹੋਇਆ ਦਾਸ ਆ ਜਿਹੜੀ ਹਜ਼ੂਰੀ ਉਹਦੇ ਉੱਪਰ ਆ ਉਹ ਸਾਨੂੰ ਸ਼ੋਅ ਨਹੀਂ ਸਕਦੀ Committed with the church, it is important. So the man of God or the person who God has placed at a place, so the anointing gets hindrance in the anointing when we are not committed. ਇੱਕ ਜਿੱਦਾਂ ਕਹਾਵਤ ਕਹਿੰਦੇ ਹੁੰਦੇ ਧੋਬੀ ਦਾ ਪੁੱਤਾ ਨਾ ਘੜਦਾ ਨਾ ਘਾਟਦਾ ਮੈਨੂੰ ਪਤਾ ਨਹੀਂ ਕਿੱਥੋਂ ਯਾਦ ਆ ਗਿਆ ਪਤਾ ਨਹੀਂ ਇੰਗਲਿਸ਼ ਚ ਕਿਵੇਂ ਕਿਹੜੀ ਹੈ ਸਾਰੇ ਸਮਝ ਗਏ ਹੋਣੇ ਆ ਇਸ ਕਰਕੇ ਅਸੀਂ ਕਿਸੇ ਪਾਸੇ ਦੇ ਨਹੀਂ ਹੁੰਦੇ ਦੋ ਬੇੜੀਆਂ ਚ ਸਵਾਰ ਕਦੀ ਵੀ ਪਾਰ ਨਹੀਂ ਲੱਗਦਾ ਸੋ ਇਟ ਇਜ਼ ਵੈਰੀ ਇੰਪੋਰਟੈਂਟ ਟੂ ਬੀ ਫੇਥਫੁਲ ਟੂ ਵਨ ਪਲੇਸ ਸੋ ਦੈਟ ਵੇ ਵੀ ਗੈਟ ਬਲੈਸਡ ਆਮੇਨ ਜਿਦਾ ਪਾਸਟਰ ਜੀ ਇੱਕ ਕਹਾਵਤ ਸੁਣਾਉਂਦੇ ਹੁੰਦੇ ਆ ਕਿ ਜਦੋਂ ਤੁਸੀਂ ਗਵਾਂਢੀ ਨੂੰ ਜੇ ਡੈਡੀ ਕਹੋ ਤਾਂ ਤੁਹਾਨੂੰ ਉਹਦੇ ਕੋਲ ਉਹ ਬਰਕਤਾਂ ਮਿਲਣਗੀਆਂ ਜਿਹੜੀਆਂ ਤੁਹਾਡੇ ਡੈਡੀ ਨੇ ਤੁਹਾਨੂੰ ਦੇਣੀਆਂ ਆ ਐਂਡ ਐਸ ਪਾਸਟਰ ਜੀ ਆਲਵੇਸ ਟੈਲਸ ਅਸ ਅ ਸਟੋਰੀ ਦੈਟ ਇਫ ਵੀ ਕਾਲ ਆਰ ਨੇਬਰ ਡੈਡ ਸੋ ਦੈਨ ਦੈਟ ਡੈਡ ਇਜ਼ ਗੋਨਾ ਗਿਵ ਅਸ ਦ ਬਲੇਸਿੰਗਸ ਜਸਟ ਲਾਈਕ ਵੈਨ ਵੀ ਕਾਲ ਹਿਮ ਡੈਡ ਰੀਸੀਵ ਦ ਬਲੇਸਿੰਗਸ ਫਰੋਮ ਹਿਮ ਹਾਲੇਲੂਇਆ ਹਾਲੇਲੂਇਆ ਆਪਾਂ ਪੜ੍ਹਦੇ ਆ ਭਜਨ 133 ਪੜ੍ਹਦੇ ਆ ਉਹਦੇ 3 ਹੀ ਵਰਸ ਆ ਤੇ ਉਹ ਮੇਰੇ ਫੇਵਰੇਟ ਵਰਸ ਹੈ ਆਪਾਂ ਪੜ੍ਹਦੇ ਆ ਕਿ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਆ ਕਿ ਉਹ ਕਿੱਥੇ ਬਰਕਤ ਦਿੰਦਾ ਆ ਐਂਡ ਵੀ ਗੋਨਾ ਰੀਡ ਦ ਵਰਡ ਵੀ ਗੋਨਾ ਰੀਡ ਸੌਮਸ 133 ਭਜਨ 133 ਦਾ 1 ਤੋਂ 3 3 ਹੀ ਵਰਸ ਆਪਾਂ ਪੜ੍ਹਦੇ ਆ ਕਿੰਨਾ ਸੁੰਦਰ 133 ਹਾਂਜੀ ਤੁਸੀਂ ਸਿਰਫ ਪੰਜਾਬੀ ਜੀ ਕਿੰਨਾ ਸੁੰਦਰ ਤੇ ਸੁਹਾਵਣਾ ਹੈ ਕਿ ਭਰਾ ਇੱਕ ਮਨ ਹੋ ਕੇ ਰਹਿਣ ਇਹ ਸਿਰ ਤੇ ਉੱਤੇ ਡੋਲੇ ਗਏ ਬਹੁਮੁੱਲੇ ਤੇਲ ਵਰਗਾ ਹੈ ਇਹ ਹਰਮੋਨ ਪਹਾੜ ਦੀ ਤਰੇਲ ਵਰਗਾ ਹੈ ਜੋ ਸਿਓਨ ਪਹਾੜ ਤੇ ਆ ਕੇ ਡਿੱਗਦੀ ਹੈ ਉੱਥੇ ਹੀ ਪ੍ਰਭੂ ਨੇ ਅਸੀਸ ਦੇਣ ਦੀ ਪ੍ਰਤਿਗਿਆ ਕੀਤੀ ਹੈ ਅਰਥਾਤ ਅਨੰਤ ਜੀਵਨ ਦੀ ਪਰਮੇਸ਼ਰ ਨੇ ਕਿੱਥੇ ਵਾਅਦਾ ਕੀਤਾ ਹੈ ਆਪਣੀ ਅਸੀਸ ਦੇਣ ਦਾ ਜਿੱਥੇ ਭਰਾ ਇੱਕ ਮਨ ਹੋ ਕੇ ਬਿੰਦੇ ਹੈ ਐਂਡ ਵੇਅਰ ਗੋਡ ਹੈਜ਼ ਪ੍ਰੋਮਿਸਡ ਟੂ ਗਿਵ ਹਿਸ ਬਲੇਸਿੰਗ ਵੇਅਰ ਆਲ ਦ ਪੀਪਲ ਗੈਟ ਟੂਗੇਦਰ ਐਂਡ ਦੇ ਆਰ ਟੂਗੇਦਰ ਇਨ ਹਾਰਮਨੀ ਜਦੋਂ ਆਪਾਂ ਇਕੱਠੇ ਹੁੰਨੇ ਆ ਚਾਹੇ ਇੱਕ ਭੈਣ ਭਰਾ ਕਮਜ਼ੋਰ ਵੀ ਹੁੰਦਾ ਆ ਪਰ ਉਹ ਕਮਜ਼ੋਰ ਨਹੀਂ ਰਹਿੰਦਾ ਕਿਉਂਕਿ ਦੂਜੇ ਜੇ ਤਕੜੇ ਆ ਸਾਡਾ ਸਭ ਕੁਝ ਸਾਂਝਾ ਆ ਜਿੱਦਾਂ ਵਚਨ ਦੇ ਵਿੱਚ ਲਿਖਿਆ ਆ ਤੇ ਇਫ ਵੀ ਗੈਟ ਟੂਗੇਦਰ ਐਂਡ ਵਨ ਬ੍ਰਦਰ অর ਸਿਸਟਰ ਇਜ਼ ਵੀਕ ਐਂਡ ਦੈਟ ਪਰਸਨ ਡਸਨਟ ਸਟੇ ਵੀਕ ਬਿਕਾਜ਼ ਅਦਰਸ ਆਰ ਸਟਰੋਂਗ ਐਟ ਦੈਟ ਟਾਈਮ ਸੋ ਦ ਵਨਸ ਹੂ ਆਰ ਸਟਰੋਂਗ ਦੇ ਮੇਕ ਦ ਵੀਕ ਸਟਰੋਂਗ ਐਸ ਵੈਲ ਲਾਈਕ ਦ ਵਰਡ ਸੇਜ਼ ਦ ਵੀ ਐਵਰੀਥਿੰਗ ਬਿਲੋਂਗਸ ਟੂ ਅਸ ਆਲ ਟੂਗੇਦਰ
इस करके वचन दे विच जिस तरह लिखा कि जदों भरा एक मन होके रहन, याद रखना कि एक मन होना बहुत जरूरी है जे परमेश्वर दीआं बरकतां लैणियां। So the word says that it's when the brothers and sisters are together in harmony. So remember, it's so important that we are all here in harmony, all together in one mind. बहुत जगह परमेश्वर ने इकट्ठे होने दे बारे जिक्र किया है नवे नियम दे विच, क्योंकि जिथे एक मन होके असी प्रार्थना करते वर्शिप करते उत्थे परमेश्वर ने अपना अभिषेक मस्सा डोलन का वादा किया है। And there are a lot of places in the Word of God, it says that where all the brothers and sisters get together, that God has promised that He will pour out His blessings there. And the God's blessings come on that place. We are here to receive the blessings. And the bondages are broken there. परमेश्वर दा वादा है कि जिथे दो या तीन मेरे नाम च उथे मैं होना है। हालेलुया। The promise of the Lord where two or three are gathered in my name, there I am. ਕਿੰਨੇ ਜਾਣੇ ਵਿਸ਼ਵਾਸ ਕਰਦੇ ਕਿ ਪਰਮੇਸ਼ਰ ਇੱਥੇ ਮੌਜੂਦ ਆ। ਹਾਲੇਲੂਯਾ। ਪਰਮੇਸ਼ਰ ਦਾ ਵਚਨ ਕਹਿੰਦਾ ਆ ਤੁਹਾਡੇ ਵਿਸ਼ਵਾਸ ਨੇ ਤੁਹਾਨੂੰ ਚੰਗਾ ਕੀਤਾ। And the word of God says it's your faith that heals you. ਹਾਲੇਲੂਯਾ। ਆਪਾਂ ਹੁਣ ਦੇਖਦੇ ਆ ਨੰਬਰ 1 5 ਪੁਆਇੰਟ ਸ਼ੇਅਰ ਕਰਾਂਗੇ। ਪਹਿਲੇ ਨੰਬਰ ਤੇ ਆਪਾਂ ਦੇਖਦੇ ਆ ਕਿ ਚਰਚ ਕੀ ਆ। First, we're going to share 5 points. The first point is, what is the church? ਜਿਦਾਂ ਆਪਾਂ ਗੱਲ ਕੀਤੀ ਪ੍ਰਭੂ ਯਿਸੂ ਦਾ ਸਰੀਰ ਆ, ਇੱਕ ਦੁਲਹਨ ਆ। We know it's the body of Christ, it's his bride. ਚਰਚ ਨੂੰ ਦੁਲਹਨ ਦਾ ਨਾਮ ਦਿੱਤਾ ਗਿਆ ਹੈ। And the bride, the church is given the name as the bride of God. ਹੁਣ ਆਪਾਂ ਇੱਥੇ ਦੇਖਦੇ ਕਿ ਜਦੋਂ ਆਪਾਂ ਸਾਰੇ ਜਣੇ ਇਕੱਠੇ ਹੁੰਨੇ ਆ ਉਦੋਂ ਚਰਚ ਬਣਦਾ ਹੈ। When we are all together, that's called the church. ਇੱਕ ਬੰਦਾ ਨਹੀਂ ਕਹਿ ਸਕਦਾ ਕਿ ਮੈਂ ਚਰਚ ਆ। One person cannot be called church. ਜਦੋਂ ਆਪਾਂ ਸਾਰੇ ਇਕੱਠੇ ਹੁੰਨੇ ਸਾਰੇ ਭੈਣ ਭਰਾ ਇਕੱਠੇ ਹੁੰਦੇ ਉਦੋਂ ਉਹਨੂੰ ਕਿਹਾ ਗਿਆ ਚਰਚ। When everybody is together, all brothers and sisters are together in his name, that's called the church. ਚਰਚ ਦਾ ਨਾਮ ਦਿੱਤਾ ਗਿਆ ਜਿੱਥੇ ਗੈਦਰਿੰਗ ਹੁੰਦੀ ਹੈ। When they are gathered, that's it's called church. ਤੇ ਜਦੋਂ ਅਸੀਂ ਇੱਕ ਜਣਾ ਹੁੰਨੇ ਆ ਉਦੋਂ ਉਹਨੂੰ ਵਿਸ਼ਵਾਸੀ ਕਿਹਾ ਜਾਂਦਾ ਹੈ। One person is just called a believer. ਇਸ ਕਰਕੇ ਕਈ ਵਾਰ ਭੈਣ ਭਰਾ ਕਹਿ ਦਿੰਦੇ ਕਿ ਕੋਈ ਨਹੀਂ ਆਨਲਾਈਨ ਮੈਸੇਜ ਆਈ ਜਾਣਾ ਮੈਂ ਬਾਅਦ ਵਿੱਚ ਸੁਣ ਲੂੰਗਾ ਜਾਂ ਮੈਂ ਬਾਅਦ ਵਿੱਚ ਆਨਲਾਈਨ ਜਦੋਂ ਹੁੰਦਾ ਫਿਰ ਸੁਣ ਲੂੰਗਾ। ਉਦੋਂ ਤੁਸੀਂ ਚਰਚ ਨਾਲ ਨਹੀਂ ਸੰਬੰਧ ਰੱਖਦੇ, ਉਦੋਂ ਤੁਸੀਂ ਇਕੱਲੇ ਹੀ ਹੁੰਨੇ ਆ, ਵਿਸ਼ਵਾਸੀ ਹੁੰਨੇ ਆ। Because sometimes brothers and sisters they say okay well no need to go in the fellowship, when later on it's on the social media I will listen to the message then. But at that time you don't receive those blessings of the church, because that time you are a believer, you are just one person at that time, you are not the church. ਤੇ ਪਰਮੇਸ਼ਰ ਨੇ ਵਾਅਦੇ ਜਿਹੜੇ ਆ ਚਰਚ ਦੇ ਉੱਤੇ ਦਿੱਤੇ ਹੋ ਆ ਜਾਂ। And these kind of promises God has given on the church all together. ਇਸ ਕਰਕੇ ਇਹ ਵਚਨ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗੀ। ਕਈ ਵਾਰ ਸਾਡੇ ਮਨ ਦੇ ਵਿੱਚ ਹੁੰਦਾ ਆ ਕਿ ਪਾਸਟਰ ਜੀ ਚਲੇ ਗਏ ਆ ਤੇ ਚਰਚ ਨਹੀਂ ਜਾਣਾ ਮੈਂ, ਜਾਂ ਕਈਆਂ ਦੀਆਂ ਅੱਖਾਂ ਲੱਗੀਆਂ ਹੁੰਦੀਆਂ ਆ ਬੰਦਿਆਂ ਦੇ। ਸਾਨੂੰ ਪਾਸਟਰ ਜੀ ਨੇ ਇਹੀ ਦੱਸਿਆ ਆ ਕਿ ਬੰਦੇ ਦੇ ਅੱਖਾਂ ਨਹੀਂ ਲਾਉਣੀਆਂ, ਪਰਮੇਸ਼ਰ ਦੇ ਅੱਖਾਂ ਲਾਉਣੀਆਂ। And a lot of times we hear that yes we know Pastor Ji is not here now for a few months, so Pastor Ji has taught us that we are not to put our eyes on a man, we have to put our eyes on the Lord, and he is here at this moment. ਆਪਾਂ ਸਾਰੇ ਅਸੀਂ ਸਾਰੇ ਆਪਾਂ ਸਾਰੇ ਕਿਹਨੇ ਖੜੇ ਕੀਤੇ ਆ, ਪਾਸਟਰ ਜੀ ਨੇ ਅਨੋਇੰਟ ਕਰਕੇ ਖੜੇ ਕੀਤਾ ਆ। ਆਪਾਂ ਉਸ ਆਗਿਆ ਦੇ ਥੱਲੇ ਆ, ਉਸ ਛਤਰੀ ਦੇ ਥੱਲੇ ਆ, ਉਸ ਮੱਸੀ ਦੇ ਥੱਲੇ ਆ ਜਿਹੜਾ ਪਰਮੇਸ਼ਰ ਨੇ ਅਭਿਸ਼ੇਕ ਉਹਨਾਂ ਦੇ ਉੱਤੇ ਡੋਲਿਆ ਆ। And Pastor Ji has anointed us all to do certain responsibilities we are doing in the church. Pastor Ji has anointed us, so according to that, the anointing that comes through him, it comes on all of us when we are serving the Lord. ਤੁਹਾਨੂੰ ਪਤਾ ਕਿ ਉਸ ਮੱਸੇ ਦੀ ਅਸੀਂ ਸਾਰਿਆਂ ਨੇ ਵੈਲਿਊ ਨੂੰ ਮਿਸ ਕੀਤਾ, ਪਰ ਫਿਰ ਅਸੀਂ ਭੈਣਾਂ ਨੇ ਸਾਰਿਆਂ ਨੇ ਦੁਆਵਾਂ ਕੀਤੀਆਂ ਕਿ ਸਾਨੂੰ ਇੱਕ ਸੰਗਤੀ ਕਰਨੀ ਚਾਹੀਦੀ ਆ। And we missed that anointing at the time, and then our sisters got together, we thought okay we need to get together and have fellowship. ਪਤਾ ਨਹੀਂ ਮੇਰੇ ਮਨ ਦੇ ਵਿੱਚ ਇੱਕਦਮ ਪਰਮੇਸ਼ਰ ਨੇ ਪਾਇਆ ਕਿ ਕਿੱਦਾਂ ਸੰਗਤੀ ਕਰਦੇ ਕਰਦੇ ਚਰਚ ਬਣ ਗਿਆ। And this is how we started. Hallelujah. We just, few sisters, we just got together, started to pray together, and the Lord made that into a church. Hallelujah. ਚਰਚ ਹੁਣ ਆਪਾਂ ਦੇਖਦੇ ਕਿ ਕੁਝ ਲੋਕ ਜਦੋਂ ਇਕੱਠੇ ਹੁੰਦੇ ਉੱਥੇ ਚਰਚ ਬਣ ਜਾਂਦਾ ਹੈ। ਤੇ ਚਰਚ ਦੇ ਉੱਤੇ ਪਰਮੇਸ਼ਰ ਆਪਣੀਆਂ ਬਰਕਤਾਂ ਭੇਜਦਾ ਹੈ। And God definitely sends blessings on the church.
ਹੁਣ ਜੇ ਆਪਾਂ ਕਿਸੇ ਭੈਣ ਭਰਾ ਦੇ ਕੋਲ ਜਾਈਏ ਉਹਦੇ ਘਰ ਜਾਈਏ ਉਹਦੇ ਕੋਲ ਪ੍ਰਾਰਥਨਾ ਕਰਾਉਣ ਜਾਈਏ ਇਫ ਵੀ ਗੋ ਟੂ ਸਮ ਸਿਸਟਰ অর ਬ੍ਰਦਰ ਐਂਡ ਟੂ देयर ਹਾਊਸ ਲੈਟਸ ਸੇ ਐਂਡ ਵੀ ਆਸਕ ਫॉर ਅ ਪ੍ਰੇਅਰ ਉਦੋਂ ਆਪਾਂ ਕਹਾਂਗੇ ਕਿ ਉਸ ਭੈਣ ਦੇ ਘਰ ਗਈ ਸੀ ਉੱਥੋਂ ਪ੍ਰਾਰਥਨਾ ਕਰਾਈ ਸੀ ਉਸ ਭਰਾ ਦੇ ਘਰ ਗਈ ਸੀ ਉੱਥੋਂ ਪ੍ਰਾਰਥਨਾ ਕਰਾਈ ਸੀ ਸੋ ਵੀ ਕੈਨ ਸੇ ਯੈਸ ਵੀ ਵੈਂਟ ਟੂ ਸੋ ਐਂਡ ਸੋਜ਼ ਹਾਊਸ ਐਂਡ ਯੈਸ ਵੀ ਗਾਟ ਅ ਪ੍ਰੇਅਰ ਫਰਮ देयर ਤੁਹਾਨੂੰ ਪਤਾ ਜਦੋਂ ਮੈਂ ਕਈ ਵਾਰ ਟੈਸਟਮਨੀ ਸ਼ੇਅਰ ਕਰਦੀ ਜਾਂ ਤੁਸੀਂ ਵੀ ਕਰਦੇ ਆ ਕਿ ਜਦੋਂ ਮੈਂ ਪਹਿਲੀ ਵਾਰੀ ਚਰਚ ਗਿਆ ਸੀ ਐਂਡ ਆਈ ਸਮਟਾਈਮਸ ਸ਼ੇਅਰ ਮਾਈ ਟੈਸਟਮਨੀ ਐਂਡ ਯੂ ਆਲਸੋ ਸ਼ੇਅਰ ਯੂਰ ਟੈਸਟਮਨੀ ਐਂਡ ਯੂ ਸੇ ਵੈਨ ਆਈ ਫਰਸਟ ਟਾਈਮ ਵੈਂਟ ਟੂ ਅ ਚਰਚ ਉਹ ਤੋਂ ਬਾਅਦ ਜੀਵਨ ਬਦਲ ਗਿਆ ਐਂਡ ਦੈਨ ਮਾਈ ਲਾਈਫ ਵਾਸ ਚੇਂਜਡ ਇਹ ਸੋਚਿਆ ਸੀ ਕਿ ਜਾ ਕੇ ਆਪਣੇ ਬਰਕਤ ਲੈ ਕੇ ਵਾਪਸ ਆ ਜਾਣਾ ਆ ਮੁੜ ਕੇ ਕਿਸੇ ਨੂੰ ਦੱਸਣਾ ਨਹੀਂ ਪਰ ਮੁੜ ਕੇ ਮੁੜ ਹੀ ਨਹੀਂ ਹੋਇਆ ਐਂਡ ਦੈਨ ਵੀ ਥੌਟ ਓਕੇ ਵੀ ਗੋਨਾ ਵੀ ਹਰਡ ਅਬਾਊਟ ਦ ਚਰਚ ਵੀ ਗੋਨਾ ਗੋ ਟੂ ਦ ਚਰਚ ਐਂਡ ਵੀ ਕੁਆਇਟਲੀ ਗੋਨਾ ਗੈਟ ਦ ਪ੍ਰੇਅਰ ਐਂਡ ਰੀਸੀਵ ਦ ਬਲੇਸਿੰਗ ਐਂਡ ਦੈਨ ਵੀ ਨਾਟ ਗੋਨਾ ਟੈਲ ਐਨੀਵਨ ਦੈਟ ਆਈ ਵੈਂਟ ਟੂ ਦ ਚਰਚ ਬਟ ਐਟ ਦੈਟ ਟਾਈਮ ਆਈ ਗੋਟ ਟੱਚਡ ਸੋ ਮਾਈਟਲੀ ਦੈਟ ਆਈ ਨੈਵਰ ਵੈਂਟ ਬੈਕ ਆਈ ਜਸਟ ਸਟੇਡ ਜਿੱਦਾਂ ਆਪਾਂ ਦੇਖਦੇ ਆ ਕਿ ਚਰਚ ਜਦੋਂ ਜਿਸ ਤਰ੍ਹਾਂ ਮੈਂ ਕਿਹਾ ਮੈਂ ਗਈ ਸੀ ਮੁੜ ਹੀ ਨਹੀਂ ਹੋਇਆ ਚਰਚ ਦੇ ਵਿੱਚ ਜਿੱਥੇ ਪਰਮੇਸ਼ਰ ਦਾ ਸਰੀਰ ਆ ਉੱਥੇ ਪਰਮੇਸ਼ਰ ਨੇ ਬਰਕਤ ਦਿੱਤੀ ਤਾਂ ਜਪ ਇੱਥੇ ਖੜੇ ਆ ਐਂਡ ਜਸਟ ਐਸ ਆਈ ਸੈਡ ਦੈਟ ਵੈਨ ਆਈ ਵੈਂਟ ਟੂ ਚਰਚ ਐਂਡ ਆਈ ਕੁਡ ਨੈਵਰ ਗੋ ਬੈਕ ਵੇਅਰ ਆਈ ਵਾਸ ਬਿਫੋਰ ਸੋ ਬਿਕਾਜ਼ ਦ ਚਰਚ ਇਜ਼ ਦ ਬਾਡੀ ਆਫ ਕ੍ਰਾਈਸਟ ਐਂਡ ਦੈਟਸ ਵੇਅਰ ਆਈ ਰੀਸੀਵ ਦ ਬਲੇਸਿੰਗ ਦੈਟਸ ਵਾਈ ਵੀ ਆਰ ਸਟੈਂਡਿੰਗ ਹੇਅਰ ਟੂਡੇ ਵੇਅਰ ਵੀ ਆਰ ਚਰਚ ਪਵਿੱਤਰ ਮੰਦਿਰ ਆ ਜਿੱਥੇ ਆ ਕੇ ਆਪਾਂ ਪਰਮੇਸ਼ਰ ਦੀ ਆਰਾਧਨਾ ਕਰਦੇ ਆ ਐਂਡ ਦ ਚਰਚ ਇਜ਼ ਅ ਹੋਲੀ ਟੈਂਪਲ ਦੈਟਸ ਵੇਅਰ ਵੀ ਕਮ ਐਂਡ ਵਰਸ਼ਿਪ ਦ ਲਾਰਡ ਆਪਾਂ ਇਹ ਬਚਨ ਪੜ੍ਹਦੇ ਆ ਅਫਸੀਆਂ ਦਾ ਚੌਥੇ ਚੈਪਟਰ ਦਾ ਵੀ ਗੋਇੰ ਟੂ ਰੀਡ ਅਫੀਸ਼ੀਅਨਸ ਚੈਪਟਰ 4 4 5 ਤੇ 6 ਵਾਂ ਵਰਸ ਪੜ੍ਹਾਂਗੇ ਅਫੀਸ਼ੀਅਨਸ 4:4-5 ਬਚਨ ਕਹਿੰਦਾ ਆ ਕਿਉਂਕਿ ਇੱਕ ਹੀ ਸਰੀਰ ਹੈ ਇੱਕ ਹੀ ਆਤਮਾ ਹੈ ਜਿਸ ਤਰ੍ਹਾਂ ਇੱਕ ਹੀ ਉਮੀਦ ਹੈ ਜਿਸ ਦੇ ਲਈ ਤੁਹਾਨੂੰ ਪਰਮੇਸ਼ਰ ਨੇ ਸੱਦਿਆ ਹੈ ਇੱਕ ਸਰੀਰ ਆ ਚਰਚ ਐਂਡ ਦ ਚਰਚ ਇਜ਼ ਵਨ ਬਾਡੀ ਆਪਾਂ ਸਾਰੇ ਜਾਣੇ ਰਲ ਕੇ ਕੀ ਬਣਦਾ ਇੱਕ ਸਰੀਰ ਬਣਦਾ ਐਂਡ ਵੈਨ ਵੀ ਆਲ ਗੈਟ ਟੁਗੇਦਰ ਦੈਟ ਬਿਕਮਸ ਵਨ ਬਾਡੀ ਇੱਕ ਹੀ ਆਤਮਾ ਆ ਐਂਡ ਇਟਸ ਵਨ ਸਪਿਰਿਟ ਸੇਮ ਸਪਿਰਿਟ ਸਾਰਿਆਂ ਕੋਲ ਅਲੱਗ ਆਤਮਾ ਨਹੀਂ ਆਪਾਂ ਸਾਰਿਆਂ ਕੋਲ ਇੱਕੋ ਹੀ ਆਤਮਾ ਆ ਐਂਡ ਇਟਸ ਨਾਟ ਆਲ ਦ ਡਿਫਰੈਂਟ ਸਪਿਰਿਟਸ ਇਨ ਅਸ ਇਟਸ ਦ ਵਨ ਸੇਮ ਸਪਿਰਿਟ ਇਨ ਆਲ ਆਫ ਅਸ ਤੇ ਆਪਣੀ ਸਾਰਿਆਂ ਦੀ ਉਮੀਦ ਵੀ ਇੱਕੋ ਹੀ ਆ ਐਂਡ ਦੈਟ ਇਜ਼ ਦੈਟਸ ਆਰ ਬਲੀਵ ਆਰ ਫਿਊਚਰ ਇਟਸ ਆਲ ਇਨ ਵਨ ਤੇ ਹੁਣ ਸਾਡਾ ਪ੍ਰਭੂ ਵੀ ਇੱਕੋ ਹੀ ਆ ਨਾਓ ਆਰ ਲੋਰਡ ਇਜ਼ ਵਨ ਐਸ ਵੈਲ ਇੱਕ ਹੀ ਪ੍ਰਭੂ ਹੈ ਇੱਕ ਹੀ ਵਿਸ਼ਵਾਸ ਹੈ ਇੱਕ ਹੀ ਬਪਤਿਸਮਾ ਹੈ ਐਂਡ ਇਟਸ ਵਨ ਫੇਥ ਐਂਡ ਵਨ ਬੈਪਟਿਸਮ ਇੱਕ ਹੀ ਪਰਮੇਸ਼ਰ ਹੈ ਜੋ ਸਭ ਦਾ ਪਿਤਾ ਹੈ ਐਂਡ ਇਟਸ ਵਨ ਗੋਡ ਹੂ ਇਜ਼ ਫਾਦਰ ਆਫ ਆਲ ਸਭ ਦਾ ਕਿਹਾ ਇੱਕ ਦਾ ਨਹੀਂ ਕਿਹਾ ਸਭ ਦਾ ਪਿਤਾ ਹੈ ਆਪਣਾ ਸਾਰਿਆਂ ਦਾ ਇੱਕੋ ਹੀ ਪਿਤਾ ਹੈ ਇਜ਼ ਨਾਟ ਵਨ ਪਰਸਨਸ ਫਾਦਰ ਹੀ ਇਜ਼ ਫਾਦਰ ਆਫ ਆਲ ਆਫ ਅਸ ਹੁਣ ਇੱਥੇ ਆਪਾਂ ਦੇਖਦੇ ਕਿ ਚਰਚ ਇੱਕ ਪਰਿਵਾਰ ਆ ਇਨ ਦ ਚਰਚ ਇਜ਼ ਅ ਫੈਮਿਲੀ ਤੇ ਸਾਡਾ ਸਾਰਿਆਂ ਦਾ ਪਿਤਾ ਪਰਮੇਸ਼ਰ ਕੋ ਹੀ ਆਪਣਾ ਐਂਡ ਹੀ ਇਜ਼ ਆਰ ਫਾਦਰ ਮੇਰ ਅਸ ਆਲ ਤੇ ਉਹਦਾ ਆਤਮਾ ਸਾਡੇ ਸਾਰਿਆਂ ਦੇ ਅੰਦਰ ਕੰਮ ਕਰਦਾ ਆ ਐਂਡ ਹਿਸ ਸਪਿਰਿਟ ਵਰਕਸ ਇਨ ਆਲ ਆਫ ਅਸ ਜਦੋਂ ਆਤਮਾ ਚ ਅਸੀਂ ਇੱਕ ਮਨ ਹੁੰਨੇ ਆ ਤਾਂ ਉਦੋਂ ਪਰਮੇਸ਼ਰ ਨੇ ਵਾਦਾ ਕੀਤਾ ਆ ਆਪਣਾ ਅਭਿਸ਼ੇਕ ਡੋਲਣ ਦਾ ਐਂਡ ਵੈਨ ਇਨ ਸਪਿਰਿਟ ਵੀ ਗੈਟ ਆਲ ਟੁਗੇਦਰ ਐਸ ਵਨ ਦੈਟਸ ਵੈਨ ਦ ਲਾਰਡ ਹੈਜ਼ ਪ੍ਰੋਮਿਸਡ ਦੈਟ ਹੀ ਵਿਲ ਪੋਰ ਆਊਟ ਹਿਸ ਸਪਿਰਿਟ ਕਿ ਵਜਨ ਕਹਿੰਦਾ ਉਹੀ ਸਭ ਦਾ ਸੁਆਮੀ ਹੈ ਸਭ ਵਿੱਚ ਕੰਮ ਕਰਦਾ ਹੈ ਅਤੇ ਸਭ ਵਿੱਚ ਵਾਸ ਕਰਦਾ ਹੈ ਐਂਡ ਹੀ ਇਜ਼ ਐਵਰੀਬਾਡੀਜ਼ ਲਾਰਡ ਐਂਡ ਹੀ ਇਜ਼ ਇਨ ਅਸ ਆਲ ਹੁਣ ਇੱਥੇ ਆਪਾਂ ਦੇਖਦੇ ਸਭ ਵਿੱਚ ਵਾਸ ਕਰਦਾ ਸਭ ਵਿੱਚ ਪਰਮੇਸ਼ਰ ਕੰਮ ਕਰਦਾ ਹੈ ਐਂਡ ਹੀ ਇਜ਼ ਇਨ ਅਸ ਐਂਡ ਹੀ ਇਜ਼ ਵਰਕਿੰਗ ਇਨ ਆਲ ਹੁਣ ਅੱਜ ਸ਼ਾਇਦ ਤੁਹਾਡੇ ਚੋਂ ਕੋਈ ਜਾਣਾ ਸੋਚਦਾ ਹੋਵੇ ਮੈਂ ਕਮਜ਼ੋਰ ਆ ਜਾਂ ਮੈਂ ਕਰ ਨਹੀਂ ਸਕਦਾ ਪਰ ਯਾਦ ਰੱਖੋ ਲਗਾਤਾਰ ਸੰਗਤੀ ਕਰੋ ਸੰਗਤੀ ਦੇ ਵਿੱਚ ਹੀ ਤੁਹਾਨੂੰ ਪਤਾ ਲੱਗਣਾ ਆ ਕਿ ਤੁਹਾਡਾ ਗਿਫਟ ਕੀ ਆ ਐਂਡ ਯੈਸ ਇਟ ਇਜ਼ ਪੋਸੀਬਲ ਯੂ ਮਾਈਟ ਥਿੰਕ ਓ ਆਈ ਐਮ ਟੂ ਵੀਕ ਆਈ ਕੈਨ ਨਾਟ ਡੂ ਥਿਸ অর ਥੈਟ ਬਟ ਆਈ ਵਾਂਟ ਟੂ ਟੈਲ ਯੂ ਕੰਟੀਨਿਊਸਲੀ ਹੈਵ ਦ ਫੈਲੋਸ਼ਿਪ ਇਟਸ ਇਨ ਦ ਫੈਲੋਸ਼ਿਪ ਦੈਟ ਯੂ ਵਿਲ ਫਾਈਂਡ ਆਊਟ ਵਟ ਇਜ਼ ਯੂਰ ਕਾਲਿੰਗ ਵਟ ਗੋਡ ਵਾਂਟ ਯੂ ਟੂ ਡੂ ਹੁਣ ਆਪਾਂ ਦੂਜੇ ਪੁਆਇੰਟ ਤੇ ਜਾਂਦੇ ਆ ਇਨ ਆਰ ਸੈਕਿੰਡ ਪੁਆਇੰਟ ਇੱਥੇ ਲਿਖਿਆ ਵਨ ਐਨਦਰ ਇੱਕ ਦੂਜੇ ਲਈ ਇੱਕ ਦੂਜੇ ਨੂੰ ਐਂਡ ਦੈਟਸ ਫॉर ਈਚ ਅਦਰ ਵਚਨ ਦੇ ਵਿੱਚ ਆਪਾਂ ਨਵੇਂ ਨੇਮ ਦੇ ਵਿੱਚ ਦੇਖਦੇ ਕਿ 45 ਵਾਰ ਇਹ ਵਚਨ ਬੋਲਿਆ ਗਿਆ ਆ ਇੱਕ ਦੂਜੇ ਨੂੰ ਐਂਡ 45 ਟਾਈਮਸ ਇਨ ਦ ਵਰਲਡ ਇਟ ਸੇਜ਼ ਦਿਸ ਵਰਲਡ ਦੈਟ ਟੂ ਈਚ ਅਦਰ ਜਿਸ ਤਰ੍ਹਾਂ ਇੱਕ ਦੂਜੇ ਨੂੰ ਜੇ ਆਪਾਂ ਇਕੱਠੇ ਨਹੀਂ ਹੋਵਾਂਗੇ ਤੇ ਇੱਕ ਦੂਜੇ ਨੂੰ ਇਹ ਵਚਨ ਕਿੱਥੋਂ ਪੂਰਾ ਹੋਊਗਾ ਐਂਡ ਇਫ ਵੀ ਆਰ ਨਾਟ ਟੁਗੇਦਰ ਦੈਨ ਹਾਊ ਦਿਸ ਵਰਲਡ ਵਿਲ ਬੀ ਫੁਲਫਿਲਡ ਦੈਟ ਟੂ ਈਚ ਅਦਰ ਆਰ ਟੁਗੇਦਰ ਇਹ ਆਪਾਂ ਦੇਖਦੇ ਪ੍ਰਭੂ ਦੀ ਆਗਿਆ ਆ ਹੁਕਮ ਆ
and this is his commandment. ਆਪਾ ਪੜਦੇ ਆ ਯੋਹੰਨਾ ਦਾ 13ਵੇਂ ਚੈਪਟਰ ਦਾ 34 ਤੇ 35 ਵਰਸ. When I read John 13, 34 and 35. ਪਰਮੇਸ਼ਰ ਦਾ ਵਚਨ ਇੱਥੇ ਕਹਿੰਦਾ ਮੈਂ ਤੁਹਾਨੂੰ ਨਵੀਂ ਆਗਿਆ ਦਿੰਦਾ ਹਾਂ ਕਿ ਇੱਕ ਦੂਜੇ ਨਾਲ ਪਿਆਰ ਕਰੋ. And he says that I am giving you a new commandment that you love each other. ਹੁਣ ਇੱਥੇ ਆਪਾਂ ਦੇਖਦੇ ਹਾਂ ਪਿਆਰ ਪਰਮੇਸ਼ਰ ਆ. God is love. ਤੇ ਪਰਮੇਸ਼ਰ ਕਹਿੰਦਾ ਇੱਕ ਦੂਜੇ ਨੂੰ ਪਿਆਰ ਕਰੋ. And the Lord says that love each other. ਫੇ ਜੇ ਆਪਾਂ ਪਿਆਰ ਨਹੀਂ ਕਰਾਂਗੇ ਤਾਂ ਪਰਮੇਸ਼ਰ ਦਾ ਸਰੀਰ ਕਿੱਦਾਂ ਬਣਾਂਗੇ? If we don't love each other then how will we become the body of Christ? ਕਿੰਨਾ ਜ਼ਰੂਰੀ ਆ ਕਿ ਇਕੱਠੇ ਹੋਣਾ ਤਾਂ ਹੀ ਅਸੀਂ ਇੱਕ ਦੂਜੇ ਨੂੰ ਜਾਣਾਂਗੇ ਤੇ ਇੱਕ ਦੂਜੇ ਨੂੰ ਪਿਆਰ ਕਰਾਂਗੇ. That's why it's so important to have fellowship and get together. That's when we get to know each other and love each other. ਜੇਕਰ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋਗੇ ਤਾਂ ਇਸ ਤੋਂ ਸਾਰੇ ਜਾਣਣਗੇ ਕਿ ਤੁਸੀਂ ਮੇਰੇ ਚੇਲੇ ਹੋ. And if you love each other, that's how you will know that you are my disciples. ਹੁਣ ਚੇਲੇ ਕੀ ਕਰਦੇ ਆ? ਚੇਲੇ ਪਰਮੇਸ਼ਰ ਦੇ ਨਾਮ ਨੂੰ ਉਹਦੀ ਸੇਵਾ ਕਰਦੇ, ਉਹਦੇ ਨਾਮ ਨੂੰ ਉੱਚਾ ਕਰਦੇ ਆ. And what do the disciples do? They lift up Lord's name upon high. They serve him. ਹੁਣ ਜਦੋਂ ਚਰਚ ਜਾਵਾਂਗੇ, ਇਕੱਠੇ ਹੋਵਾਂਗੇ, ਸੇਵਾ 'ਚ ਲੱਗਾਂਗੇ ਤਾਂ ਹੀ ਸਾਡੇ ਗਿਫਟ ਜਿਹੜੇ ਆਪਰੇਟ ਹੋਣਗੇ. And when if you will come regularly to the church and serve the Lord and that's how our gift will be operating what God has given us. ਆਪਾਂ ਇੱਕ ਵਰਸ ਹੋਰ ਪੜ੍ਹਦੇ ਹਾਂ. One more verse we're gonna read. ਆਫਸੀਆਂ 4 ਦਾ 32 ਪੜ੍ਹਦੇ ਹਾਂ. Ephesians 4:32. ਵਚਨ ਕਹਿੰਦਾ ਇਹਨਾਂ ਸਭ ਦੀ ਥਾਂ ਇੱਕ ਦੂਜੇ ਤੇ ਦਇਆ ਤੇ ਤਰਸ ਕਰੋ, ਇੱਕ ਦੂਜੇ ਨੂੰ ਮਾਫ ਕਰੋ, ਪਿਆਰ ਕਰੋ, ਸੇਵਾ ਕਰੋ. ਮਤਲਬ ਪਰਮੇਸ਼ਰ ਦਾ ਵਚਨ ਸਾਨੂੰ ਇਹ ਦੱਸਦਾ ਜਦੋਂ ਅਸੀਂ ਇਕੱਠੇ ਹੁੰਦੇ ਹਾਂ, ਇੱਕ ਦੂਜੇ ਨੂੰ ਮਾਫ ਕਰਦੇ ਹਾਂ, ਇੱਕ ਦੂਜੇ ਨੂੰ ਪਿਆਰ ਕਰਦੇ ਹਾਂ, ਇੱਕ ਦੂਜੇ ਨੂੰ ਸਰਵ ਕਰਦੇ ਹਾਂ, ਇੱਕ ਦੂਜੇ ਲਈ ਪ੍ਰਾਰਥਨਾ ਕਰਦੇ. ਜਦੋਂ ਆਪਾਂ ਪ੍ਰਾਰਥਨਾ ਕਰਦੇ ਕਈ ਵਾਰ ਪਰਮੇਸ਼ਰ ਵਚਨ ਦਿੰਦਾ, ਪ੍ਰੋਫੈਸੀ ਹੁੰਦੀ ਆ. ਇਹ ਕਦੋਂ ਹੁੰਦੀ ਹੈ ਇੱਕ ਦੂਜੇ ਲਈ? ਜਦੋਂ ਆਪਾਂ ਚਰਚ ਦੇ ਵਿੱਚ ਇਕੱਠੇ ਹੁੰਦੇ. Word of God says that it's our duty to get together and forgive each other and pray for each other. When we are in the fellowship, getting together, that's when we are doing all this. We are praying for each other. ਫਿਰ ਹੀ ਆਪਾਂ ਇੱਕ ਦੂਜੇ ਦਾ ਧਿਆਨ ਰੱਖ ਸਕਦੇ, ਇੱਕ ਦੂਜੇ ਲਈ ਪ੍ਰਾਰਥਨਾ ਕਰ ਸਕਦੇ, ਇੱਕ ਦੂਜੇ ਦੀ ਮਦਦ ਕਰ ਸਕਦੇ, ਮੁਸ਼ਕਲ ਦੇ ਵਿੱਚ ਸਾਥ ਦੇ ਸਕਦੇ ਜੇ ਅਸੀਂ ਇਕੱਠੇ ਹੁੰਦੇ ਹਾਂ. If we are together, that's when we can help each other in the times of trouble. We can help each other. That's when we get. ਵਚਨ ਦੇ ਵਿੱਚ ਲਿਖਿਆ ਆ, ਆਪਾਂ ਨੂੰ ਪਤਾ ਚੇਲਿਆਂ ਦੇ ਕਰਤੱਵ ਦੇ ਵਿੱਚ, ਕਿ ਜਦੋਂ ਚੇਲੇ ਜਿਹੜੇ ਸੀ ਉਹਨਾਂ ਦਾ ਸਭ ਕੁਝ ਸਾਂਝਾ ਸੀ ਤੇ ਪਰਮੇਸ਼ਰ ਕੀ ਕਰਦਾ ਸੀ? ਉਹਨਾਂ ਦਾ ਦੁੱਖ ਸੁੱਖ ਸਾਂਝਾ ਸੀ ਤੇ ਪਰਮੇਸ਼ਰ ਕੀ ਕਰਦਾ ਸੀ? ਉਹ ਪ੍ਰਾਰਥਨਾ ਵਿੱਚ ਲੱਗੇ ਰਹਿੰਦੇ ਸੀ ਕਿ ਲੋਕਾਂ ਨੂੰ ਲਿਆ ਕੇ ਉਹਨਾਂ ਦੇ ਵਿੱਚ ਮਿਲਾ ਦਿੰਦਾ ਸੀ. And it says in the word of God that when the disciples were all together, they were helping each other and taking care of each other. They were all there in unity and then God used to bring others and used to bring and make that fellowship bigger and bigger day by day. ਹੁਣ ਆਪਾਂ ਚਾਹੁੰਦੇ ਰੂਹਾਂ ਨੂੰ ਬਚਾਉਣਾ. We do want to because ਪਰਮੇਸ਼ਰ ਨੇ ਸਾਨੂੰ ਇਸ ਲਈ ਚੁਣਿਆ ਆ. Because that's why we are called. ਜਿੱਦਾਂ ਹੁਣ ਸਾਡੇ ਬ੍ਰਦਰ ਹੋਣੀ ਆ, ਇਹਨਾਂ ਤੇ ਇਹ ਕਾਲਿੰਗ ਹੈ ਕਿ ਰੂਹਾਂ ਨੂੰ ਬਚਾਉਣਾ. And this is the way our brother here, this is his calling to save souls. ਹੁਣ ਇਸ ਤਰ੍ਹਾਂ ਵੀ ਆਪਾਂ ਕਰ ਸਕਦੇ ਆ, ਪਰ ਦੂਸਰਾ ਪਰਮੇਸ਼ਰ ਦਾ ਵਚਨ ਇਹ ਵੀ ਕਹਿੰਦਾ ਕਿ ਜਦੋਂ ਇਕੱਠੇ ਹੋ ਕੇ ਪ੍ਰਾਰਥਨਾ ਕਰਦੇ, ਲਗਾਤਾਰ ਰਹਿੰਦੇ ਆ, ਪਰਮੇਸ਼ਰ ਦੀ ਹਜ਼ੂਰੀ ਵਿੱਚ ਬਣੇ ਰਹਿੰਦੇ, ਤਾਂ ਪਰਮੇਸ਼ਰ ਜਿਹੜਾ ਰੂਹਾਂ ਨੂੰ ਆਪਣੇ ਆਪ ਚਰਚ ਦੇ ਅੰਦਰ ਲੈ ਕੇ ਆਉਂਦਾ ਆ. ਸੋ ਦਿਸ ਇਜ਼ ਅ ਵਨ ਵੇ ਦ ਵੇ ਬ੍ਰਦਰ ਸੀ ਡਸ, ਬਟ ਦੇਰ ਇਜ਼ ਆਲਸੋ ਅਦਰ ਵੇ ਵੈਨ ਵੀ ਕੰਟੀਨਿਊ ਪ੍ਰੇਇੰਗ ਇਨ ਦ ਚਰਚ ਐਂਡ ਹੈਵ ਦ ਫੈਲੋਸ਼ਿਪ ਐਂਡ ਕੰਟੀਨਿਊ ਇਟ, ਦੈਨ ਦ ਲਾਰਡ ਆਲਸੋ ਬ੍ਰਿੰਗ ਦੋਸ ਸੋਲਸ ਦੈਟ ਦੇ ਆਰ ਨੀਡੀ, ਹੀ ਬ੍ਰਿੰਗਸ ਦੈਮ together in the church. ਜੇ ਅਸੀਂ ਕਿਸੇ ਨੂੰ ਪਿਆਰ ਕਰਦੇ ਤਾਂ ਉਹਦਾ ਕਹਿਣਾ ਜ਼ਰੂਰ ਮੰਨਦੇ ਹਾਂ. Because if we love someone then we definitely listen to that. ਤੇ ਹੁਣ ਅਸੀਂ ਜੇ ਪਰਮੇਸ਼ਰ ਨੂੰ ਪਿਆਰ ਕਰਦੇ ਹਾਂ ਤਾਂ ਸਾਨੂੰ ਇਹ ਕਿੰਨਾ ਜ਼ਰੂਰੀ ਆ ਕਿ ਚਰਚ ਆਵਾਂ. And we love the Lord, how important it is, so we do the regular fellowship. Hallelujah. Hallelujah. Amen. ਆਪਾਂ ਅੱਗੇ ਦੇਖਦੇ ਹਾਂ ਕਿ ਚਰਚ ਨਹੀਂ ਆਵਾਂਗੇ ਤਾਂ ਪਰਮੇਸ਼ਰ ਦੇ ਹੁਕਮ ਨੂੰ ਆਪਾਂ ਰੱਦ ਕਰਾਂਗੇ. And we see also that if we don't come to church, we are practically not following his commandments. ਤੀਜੇ ਨੰਬਰ ਤੇ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਆ ਕਿ ਇਕੱਠੇ ਹੋ ਕੇ ਵਰਸ਼ਿਪ ਕਰਨੀ ਕਿੰਨੀ ਜ਼ਰੂਰੀ ਹੈ. And the number 3, the word of God says how important it is to get together and worship together. ਆਪਾਂ ਚੇਲਿਆਂ ਦੇ ਕਰਤੱਵ ਵਿੱਚ ਦੇਖਦੇ ਹਾਂ ਕਿ ਉਹ ਇਕੱਠੇ ਹੋ ਕੇ ਵਰਸ਼ਿਪ ਕਰਦੇ ਸੀ, ਪ੍ਰਾਰਥਨਾ ਕਰਦੇ ਸੀ, ਤਾਂ ਕਿੱਦਾਂ ਪਰਮੇਸ਼ਰ ਦਾ ਆਤਮਾ ਉਹਨਾਂ ਦੇ ਉੱਤੇ ਉਤਰ ਰਿਹਾ ਸੀ. And we see in the book of Acts that they were getting together and worshiping the Lord together and how the Spirit of the Lord was coming on them strongly. ਆਪਾਂ ਨਵੇਂ ਨੇਮ ਚ ਪੁਰਾਣੇ ਨੇਮ ਚ ਬਹੁਤ ਜਗ੍ਹਾ ਦੇਖਦੇ ਕਿ ਵਰਸ਼ਿਪ
गैदरिंग हुंदी आ, हजारां हजारां लोक इकट्ठे होके वर्शिप करदे आ जिथे परमेश्वर दा अभिषेक डुलदा है। The New Testament and Old Testament, there were so many people that gathered together and they're worshiping the Lord, and we see Lord's anointing falling. और आज जो वर्शिप हो रही थी, कितनी हजूरी परमेश्वर की इतने मंडला रही थी। And today, when the worship was happening, we could strongly feel the presence of the Lord. पहले तो प्रभु तो अनुमेय दर्शना चाहनी है कि वर्शिप जेड़ा चर्च दा बहुत ही इम्पोर्टेंट हिस्सा है। And I want to tell you, brothers and sisters, the worship is a very important part of the church service. ਜਦੋਂ ਵਰਸ਼ਿਪ ਕਰਦੇ ਆ ਤੁਸੀਂ ਜੋਏ ਦੇ ਨਾਲ ਫੁੱਲ ਦੇ ਨਾਲ ਨੱਚ ਸਕਦੇ ਟੱਪ ਸਕਦੇ ਜਿੱਦਾਂ ਤੁਹਾਡਾ ਦਿਲ ਕਰਦਾ ਤੁਸੀਂ ਆਪਣੇ ਪਿਆਰ ਨੂੰ ਪਰਮੇਸ਼ਰ ਦੇ ਲਈ ਉਡੇਲ ਸਕਦੇ ਆ ਐਂਡ ਵੈਨ ਦ ਵਰਸ਼ਿਪ ਇਜ਼ ਹੈਪਨਿੰਗ ਬ੍ਰਦਰਸ ਐਂਡ ਸਿਸਟਰ ਯੂ ਡੂ ਵਾਟਐਵਰ ਯੂ ਫੀਲ ਯੂ ਜੰਪ ਅਰਾਊਂਡ ਯੂ ਕਲੈਪ ਯੂ ਲਾਫ ਯੂ ਸਿੰਗ ਆਊਟ ਲਾਊਡ ਟੂ ਵਾਟਐਵਰ ਟੂ ਸ਼ੋ ਯੂਰ ਲਵ ਫੋਰ ਦ ਲਾਰਡ ਕਿਉਂਕਿ ਪਾਸਟਰ ਜੀ ਨੇ ਆਪਾਂ ਨੂੰ ਚਰਚ ਦੇ ਵਿੱਚ ਪਵਿੱਤਰ ਆਤਮਾ ਦੀ ਆਜ਼ਾਦੀ ਦੇ ਵਿੱਚ ਵਰਸ਼ਿਪ ਕਰਨੇ ਦੀ ਪੂਰੀ ਖੋਲੇ ਆਪਾਂ Because Pastor Ji has told us and given us the freedom in the spirit we need to be free when we are worshiping God. ਇਹ ਨਹੀਂ ਸੋਚਣਾ ਕੋਈ ਕੀ ਕਹੂਗਾ ਇਹ ਦੇਖਣਾ ਕਿ ਪਰਮੇਸ਼ਰ ਮੈਨੂੰ ਦੇਖਦਾ ਹੈ And we are not going to think oh what our neighbors going to say or if I jump around no we are going to say we're doing it for the Lord and he's watching ਜੇ ਗੋਡਣੀਆਂ ਲਾਉਣ ਨੂੰ ਦਿਲ ਕਰਦਾ ਇੱਥੇ ਆ ਕੇ ਗੋਡਣੀਆਂ ਲਾ ਲਓ If you want to kneel down you're free to do that ਜਿੱਦਾਂ ਵੀ ਤੁਹਾਡਾ ਮਨ ਕਹਿੰਦਾ ਤੁਹਾਡੀ ਆਤਮਾ ਕਹਿੰਦੀ ਖੁੱਲ ਕੇ ਪਰਮੇਸ਼ਰ ਨੂੰ ਪਿਆਰ ਕਰੋ Just the way you want fully the way you want it love the Lord with your whole heart ਮੈਂ ਪ੍ਰਕਾਸ਼ ਦੀ ਪੋਤੀ ਦੇ ਵਿੱਚ ਪੜ ਰਹੀ ਸੀ ਜਦੋਂ ਇਸ਼ਕਾ ਨੇ ਸ਼ੁਰੂ ਚ ਹੀ ਗੀਤ ਗਾਇਆ ਪਵਿੱਤਰ 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 ਉੱਥੇ ਵੀ ਵਰਸ਼ਿਪ ਹੋ ਰਹੀ ਸਵਰਗ ਦੇ ਵਿੱਚ was reading also in the book of revelations that when the english worship was done earlier and the holy 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 that yes in heaven too worship is happening main parmeshwar da dhanwad kardi si ke kidda parmeshwar nu pehle hi pata ke bachan ajj keda share hona aya ke pavitra 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 worship karni kinni zaruri odi vadiyai karni kinni zaruri hai and it's all in one spirit happening worship and the word gets together how important it is to worship the worship de vich bandhan tukde ha and it's in worship that the bondage jadon kisi joy de naal worship karde ha the bondages are broken when we are worshiping with joy worship de vich deliverance hundi ha there's deliverance in worship worship ch parmeshwar da aatma aake sanu shodda ha and the lord's spirit come and touches us during the worship worship bahut zaruri ha it's so important to take part in worship Amen. Amen. इस करके आज तो वादा खुल के वर्शिप करनी सारे। That's why from today onwards feel free the way you feel like worshiping. You're free to that. Amen. Amen. अगे अपन पढ़ते हैं वचन एक पढ़ते हैं प्रकाश की पोथी दा चौथे चैप्टर दा अपन पढ़ते हैं 10 तो 11 पढ़ते हैं। Revelations 4:10-12. अजी आठवें वर्ष से जेड़ा मैं कहंदी सी पवित्र 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 वर्शिप कीती है परमेश्वर दी आराधना इदा उन्होंने कीती है। And just the way we were saying earlier holy 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 god almighty it says this is the worship that's happening there apa 10th verse padhte hain prakash di pothi de chauthe chapter da use ghadi 24 buzurg usde samne muh bhar dekh ke pranam karde han oh apne taaj la ke singhasan de samne eh keh ke rakhde han ਤੂੰ ਸਾਡਾ ਪਰਮੇਸ਼ਰ ਹੈ ਜੋ ਮਹਿਮਾ ਆਦਰ ਅਤੇ ਬਲ ਪ੍ਰਾਪਤੀ ਦੇ ਯੋਗ ਹੈ ਕਿਉਂਕਿ ਤੂੰ ਸਭ ਚੀਜ਼ਾਂ ਦੀ ਰਚਨਾ ਕੀਤੀ ਹੈ ਤੇਰੀ ਇੱਛਾ ਹੈ ਕਿ ਉਹਨਾਂ ਨੂੰ ਹੋਂਦ ਮਿਲੀ ਤੇਰੀ ਇੱਛਾ ਤੇ ਉਹਨਾਂ ਨੂੰ ਹੋਂਦ ਮਿਲੀ ਕਿ ਉਹ ਰਚੀਆਂ ਜਾਣ ਹਾਲੇਲੂਇਆ ਕਿਹਦੀ ਮਹਿਮਾ ਕਰਦੇ ਆ ਉਸ ਪਰਮੇਸ਼ਰ ਦੀ ਜਿਨੇ ਇਸ ਸੰਸਾਰ ਨੂੰ ਰਚਿਆ ਹੈ ਜਿਨੇ ਤੁਹਾਨੂੰ ਮੈਨੂੰ ਰਚਿਆ ਹੈ ਉਹਨੇ ਪਰਮੇਸ਼ਰ ਦੀ ਇੱਛਾ ਸੀ ਇਸ ਕਰਕੇ ਉਸਨੇ ਮਨੁੱਖ ਨੂੰ ਬਣਾਇਆ ਐਂਡ ਬਿਕਾਜ਼ ਇਟ ਵਾਸ ਲਾਰਡਸ ਵਿਲ ਟੂ ਮੇਕ ਦ ਹਿਊਮਨ ਬੀ ਤਾਂ ਸਾਨੂੰ ਇਹ ਜੀਵਨ ਮਿਲਿਆ ਦੈਟਸ ਵਾਈ ਵੀ ਗਾਟ ਦਿਸ ਲਾਈਫ ਫਿਰ ਇਹ ਜੀਵਨ ਜਿਹੜਾ ਆ ਇਹਨੂੰ ਪਰਮੇਸ਼ਰ ਦੀ ਮਹਿਮਾ ਕਰਨੇ ਦੀ ਕਿੰਨੀ ਜ਼ਰੂਰਤ ਆ ਜਿਹਨੇ ਸਾਨੂੰ ਰਚਿਆ ਉਹਦੀ ਮਹਿਮਾ ਕਰਨੀ ਰਚਨ ਹਾਰੇ ਦੀ ਵਰਸ਼ਿਪ ਕਰਨੀ ਐਂਡ ਹਾਊ ਇੰਪੋਰਟੈਂਟ ਇਟ ਇਜ਼ ਹੂ ਮੇਡ ਅਸ ਹੂ ਗੇਵ ਅਸ ਦਿਸ ਲਾਈਫ ਦੈਟ ਵੀ ਵਰਸ਼ਿਪ ਸਭ ਕੁਝ ਪਾਸੇ ਰੱਖ ਕੇ ਇੱਕ ਵਾਰ ਸੋਚੋ ਕਿ ਜੇ ਸਾਡਾ ਇੱਕ ਵੀ ਅੰਗ ਖਰਾਬ ਹੁੰਦਾ ਤਾਂ ਅਸੀਂ ਕਿੰਨਾ ਰੋਨੇ ਆ ਐਂਡ ਜਸਟ ਪੁਟ ਐਵਰੀਥਿੰਗ ਅਸਾਈਡ ਐਂਡ ਜਸਟ ਥਿੰਕ ਅਬਾਊਟ ਇਟ ਇਫ ਵਨ ਬੋਡੀ ਪਾਰਟ ਆਫ ਅਸ ਇਜ਼ ਪੇਨ ਇਨ ਪੇਨ ਹਾਊ ਮੱਚ ਡੂ ਵੀ ਕ੍ਰਾਈ ਕੀ ਖੁਸ਼ੀ ਦੇ ਵਿੱਚ ਕਦੀ ਪਰਮੇਸ਼ਰ ਦੇ ਨੇੜੇ ਆਪਾਂ ਆ ਕੇ ਮਹਿਮਾ ਕੀਤੀ ਐਂਡ ਆਰ
we coming to the Lord when we are joyful, when everything is good, everything is happy? ਹਰ ਹਾਲਾਤ ਵਿੱਚ ਉਹਦਾ ਧੰਨਵਾਦ ਕਰੋ. Give thanks to the Lord in every circumstance. Hallelujah. Hallelujah. ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ. Hallelujah. ਹਾਲੇਲੂਯਾ. ਜਿਹਨੇ ਸਾਨੂੰ ਰਚਿਆ ਆ, ਜਿਹਨੇ ਸਾਨੂੰ ਪਰਫੈਕਟ ਬਣਾਇਆ, ਪਰਮੇਸ਼ਰ ਨੇ ਸਾਨੂੰ ਬਣਾ ਕੇ ਸਾਡੇ ਲਈ ਕਿੰਨਾ ਕੁਛ ਇਸ ਧਰਤੀ ਤੇ ਸਥਾਪਿਤ ਕੀਤਾ ਕਿ ਬੰਦਾ ਇਸ ਤੇ ਰਾਜ ਕਰੇ, ਪਰ ਆਪਾਂ ਭੁੱਲ ਗਏ. ਹਾਲੇਲੂਯਾ. God made us and after making everything he made everything for us so we can reign on this world that the Lord made. ਆਪਾਂ ਜਿੱਦਾਂ ਚੇਲਿਆਂ ਦੇ ਕਰਤੱਵ ਦੇ ਵਿੱਚ ਵੀ ਦੇਖਦੇ ਕਿ ਪੌਲਸ ਤੇ ਸਿਲਾਸ ਜੇਲ੍ਹ ਦੇ ਵਿੱਚ ਵੀ ਦੋ ਜਾਣੇ ਵਰਸ਼ਿਪ ਕਰਦੇ ਸੀ ਤੇ ਸੰਗਲ ਟੁੱਟ ਗਏ ਸੀ. In the jail, we see in the word of God, Paul and Silas, they were in the jail, they were worshiping, and the chains were broken. The church ਦੇ ਵਿੱਚ ਬਹੁਤ ਆਉਣਾ ਜ਼ਰੂਰੀ ਕਿ worship ਦੇ ਦੌਰਾਨ deliverance ਹੁੰਦੀ, ਬੰਧਨ ਟੁੱਟਦੇ ਆ ਪਰਮੇਸ਼ਰ ਦੇ ਨਾਮ 'ਚ. That's why it's so important to reach here at the time of the worship because that's the time when the bondages are being broken. ਅੱਗੇ ਜਾ ਕੇ ਪਰਮੇਸ਼ਰ ਦਾ ਵਚਨ ਕਹਿੰਦਾ ਕਿ joy of the Lord is my strength. And the word of God says joy of the Lord is my strength. ਇਹ ਚੌਥਾ ਪੁਆਇੰਟ ਹੈ ਆਪਣਾ. This is our fourth point. ਕਿ ਸ਼ਕਤੀ ਕਿੱਥੋਂ ਮਿਲਦੀ, joy ਕਿੱਥੋਂ ਮਿਲਦਾ ਹੈ? That where do we receive that joy from? ਇਹ ਚਰਚ ਦੇ ਵਿੱਚ ਆ ਕੇ ਆਪਾਂ ਨੂੰ ਮਿਲਦਾ ਹੈ. We receive that joy once we are in the church when we come to the church. ਤੁਹਾਨੂੰ ਪਤਾ ਕਈ ਵਾਰੀ ਆਪਾਂ ਕਿੰਨੇ ਦੁਖੀ, ਕਿੰਨਾ ਦੇ ਮਨ ਦੇ ਨਾਲ ਚਰਚ ਨੂੰ ਆਉਨੇ ਆ ਤੇ ਜਾਣ ਲੱਗੇ ਅਸੀਂ ਹਲਕੇ ਹੋ ਕੇ ਜਾਂਦੇ ਆ. And you know a lot of time we are so happy hearted when we come to the church. But when we leave the church we feel very light and blessed. ਬਹੁਤ ਵਾਰ ਮੇਰੀ ਜ਼ਿੰਦਗੀ 'ਚ ਵੀ ਇਦਾਂ ਹੋਇਆ ਕਿ ਮੈਂ ਬਹੁਤ ਮੁਸ਼ਕਲ ਦੇ ਨਾਲ ਚਰਚ ਆਉਂਦੀ ਹੁੰਦੀ ਸੀ, ਵਚਨ ਸ਼ੇਅਰ ਕਰਨਾ ਹੁੰਦਾ ਸੀ, ਇੰਨਾ ਮਾਹੌਲ, ਇੰਨੀ ਹਾਲਤ ਖਰਾਬ ਹੁੰਦੀ ਸੀ, ਪਰ ਜਦੋਂ ਇੱਥੋਂ ਬਰਕਤ ਲੈ ਕੇ ਜਾਂਦੀ ਸੀ ਤਾਂ ਸਭ ਕੁਝ ਬਦਲ ਜਾਂਦਾ ਸੀ. ਹਾਲੇਲੂਇਆ. In my life a lot of time that happened too. I came to the church very heavy hearted, very lot of pressure, even had to share the word sometimes. But when I used to leave this place I used to feel so light and blessed. ਜਦੋਂ ਆਪਾਂ ਪਰਮੇਸ਼ਰ ਦੇ ਸਰੀਰ ਨਾਲ ਇਕੱਠੇ ਹੁੰਨੇ ਆ ਨਾ, ਇੱਕ ਇੱਕ ਦੀ ਦੁਆ, ਇੱਕ ਇੱਕ ਦੀ ਪ੍ਰਾਰਥਨਾ, ਇੱਕ ਇੱਕ ਦੀ ਵਰਸ਼ਿਪ ਨਾਲ ਕੇ ਪਰਮੇਸ਼ਰ ਦੇ ਕੋਲ ਜਾਂਦੀ ਤੇ ਸਾਡੇ ਉੱਤੇ ਉਹ ਪਰਮੇਸ਼ਰ ਦੀ ਸ਼ਕਤੀ ਤੇ ਉਹ ਜੁਆਏ ਉਤਰਦਾ ਆ. And when we all get together and worship the Lord and every single prayer, every single worship reaches to the Lord and that time with that all prayers that reach up there the joy and his peace comes on. ਜੇ ਅੱਜ ਕੋਈ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਆ, if anybody feels like they are alone, ਪਰਮੇਸ਼ਰ ਦੇ ਦਾਸ ਨੇ ਸਾਨੂੰ ਦੱਸਿਆ ਸੀ, ਇੱਕ ਵਾਰ ਐਗਜ਼ਾਮਪਲ ਦਿੱਤੀ ਸੀ, ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿ ਸੂਰਜਮੁਖੀ ਦੇ ਫਲਾਵਰ ਦੇ. And one time Pastor Ji shared an example with us. I'm going to share that with you. It's about the sunflower. ਸੂਰਜਮੁਖੀ ਦਾ ਫੁੱਲ ਜਿਹੜਾ ਹੁੰਦਾ ਆ, ਜਦੋਂ ਸੂਰਜ ਚੜਦਾ ਆ ਤੇ ਸੂਰਜ ਕੋਲੋਂ ਉਹ ਆਪਣੀ એનર્ਜੀ ਲੈਂਦਾ ਆ. And when the sunflower, when there's a sun in the sky, at that time when the sunflower takes its energy from the sun directly. ਉਹਦਾ ਮੂੰਹ ਆਪਾਂ ਦੇਖਿਆ ਕਿ ਸੂਰਜ ਵੱਲੋਂ ਜ਼ਿਆਦਾ ਹੁੰਦਾ ਆ ਕਿਉਂਕਿ ਉੱਥੋਂ ਉਹਨੂੰ એનર્ਜੀ ਮਿਲਦੀ ਆ. And then we see the flower faces the sun because that's how he receives his energy. ਜਦੋਂ ਸੂਰਜ ਲੁਕ ਜਾਂਦਾ ਆ ਫਿਰ ਉਹ ਕੀ ਕਰਦੇ, ਇੱਕ ਦੂਜੇ ਵੱਲ ਨੂੰ ਮੂੰਹ ਕਰ ਲੈਂਦੇ ਆ. And when there is no sun in that time the sunflower looks at each other, they're facing each other. ਫਿਰ ਉਹ ਇੱਕ ਦੂਜੇ ਤੋਂ એનર્ਜੀ ਲੈਂਦੇ ਆ. Then they take energy from each other. ਆਪਾਂ ਨੂੰ ਬਹੁਤ ਜ਼ਰੂਰੀ ਆ ਕਿ ਕਿਸੇ ਭੈਣ ਭਰਾ ਦੇ ਨਾਲ ਆਪਣੀ ਜੇ ਤੁਸੀਂ ਸ਼ੇਅਰ ਕਰੋ ਕਿਸੇ ਲੀਡਰ ਦੇ ਨਾਲ, ਸਟਰੋਂਗ ਜਿਹੜਾ ਪ੍ਰਾਰਥਨਾ ਦੇ ਵਿੱਚ ਹੋਵੇ, ਤਾਂ ਆਪਾਂ ਇੱਕ ਦੂਜੇ ਤੋਂ એનર્ਜੀ ਲੈਂਦੇ ਆ. And it's so important that if you are going through stuff you share with maybe one of the leaders that they're strong in the prayer, you talk to them because that's how we receive the energy through them. ਇਸੇ ਤਰ੍ਹਾਂ ਪਰਮੇਸ਼ਰ ਦਾ ਵਚਨ ਦੱਸਦਾ ਕਿ ਆਪਾਂ ਇੱਕ ਦੂਜੇ ਤੋਂ ਸੰਗਤ ਦੇ ਵਿੱਚ ਤਾਕਤ ਲੈਣੇ ਆ, ਤਕੜੇ ਹੁੰਦੇ ਆ, ਕਮਜ਼ੋਰ ਨਹੀਂ ਰਹਿੰਦੇ. And that's what the word of God says that through each other then we receive that power of the Lord, we don't stay weak anymore. ਜਦੋਂ ਪ੍ਰਾਰਥਨਾ ਕਰਦੇ ਇੱਕ ਦੂਜੇ ਲਈ, when we pray for each other, prophecy ਕਰਦੇ ਆ, ਪਰਮੇਸ਼ਰ ਆਪਣਾ ਵਚਨ ਭੇਜਦਾ ਆ, God sends his word. ਕਿਉਂਕਿ ਨਵੇਂ ਨੇਮ ਦੇ ਵਿੱਚ ਪਰਮੇਸ਼ਰ ਨੇ ਖੁਸ਼ੀਆਂ ਹੀ ਖੁਸ਼ੀਆਂ ਦਿੱਤੀਆਂ, ਬਲੇਸਿੰਗ ਹੀ ਦੱਸੀਆਂ ਆ, ਨਾ ਕਿ ਕੋਈ ਸ਼ਰਾਫ ਦਿੱਤਾ ਆ ਚਰਚ ਨੂੰ. Because in the New Testament, God has given us blessings to the church. He hasn't cursed the church, has blessed the church. ਉਦੋਂ ਆਪਾਂ ਜਦੋਂ ਪ੍ਰੋਫੈਸੀ ਦੇ ਵਿੱਚ ਵਚਨ ਦਿੰਨੇ ਆ ਭਵਿੱਖ ਦੇ ਵਾਸਤੇ ਇੱਕ ਦੂਜੇ ਨੂੰ, ਪਰਮੇਸ਼ਰ ਪ੍ਰੋਫੈਸੀ ਕਰਦਾ, ਪਰਮੇਸ਼ਰ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਸਾਨੂੰ ਤਕੜਾ ਕਰਦਾ, ਦਲੇਰੀ ਦਿੰਦਾ ਆ, ਉਦੋਂ ਆਪਾਂ ਕੀ ਕਰਦੇ ਆ, ਤਕੜੇ ਹੁੰਦੇ ਆ. And when the Lord gives us the word and through
somebody, the word is given to you, the prophecies, that's how we get strong. ਜਾਂ ਆਪਾਂ ਕਿਸੇ ਨੂੰ ਵਚਨ ਦਿੰਨੇ, ਕਈ ਵਾਰੀ ਪਰਮੇਸ਼ਰ ਦਾ ਵਚਨ ਆਉਂਦਾ ਬਹੁਤ ਕਿਸੇ ਭੈਣ ਭਰਾ ਨੂੰ ਕਿਸੇ ਦੇ ਲਈ। ਪਿਛਲੇ ਹਫ਼ਤੇ ਜਿੱਦਾਂ ਆਂਟੀ ਜੀ ਨੂੰ ਪਰਮੇਸ਼ਰ ਨੇ ਵਚਨ ਦਿੱਤਾ ਸੀ ਕਿਸੇ ਭੈਣਾਂ ਲਈ, ਤੇ ਪਰਮੇਸ਼ਰ ਵਚਨ ਦੇ ਰਾਹੀਂ ਸਾਨੂੰ ਤਕੜੇ ਕਰਦਾ ਹੈ। ਐਂਡ ਦੈਨ ਸਮਬਡੀ ਗਿਵਸ ਦ ਵਰਡ, ਗੋਡ ਗਿਵਸ ਦ ਵਰਡ ਟੂ ਸਮਬਡੀ ਫੋਰ ਸਮਬਡੀ, ਐਟ ਦੈਟ ਟਾਈਮ ਗੋਡ ਸਟਰੈਂਥਨਸ ਅਸ। ਵਚਨ 'ਚ ਜਿਸ ਤਰ੍ਹਾਂ ਮੱਤੀ ਦੇ ਵਿੱਚ ਲਿਖਿਆ, ਭਾਰ ਦੇ ਥੱਲੇ ਦੱਬੇ ਥੱਕੇ ਹਾਰੇ ਟੁੱਟੇ ਲੋਕੋ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। Just the way it says in the word that if you are under the burden, you are tired, come to me, I will give you rest. Parmeshwar de ghar de vich aao te itthe aaram milda hai. This is where we get the peace and rest. Hallelujah. Hallelujah. Kinne jane mehsoos karde ke itthon assi aaram leke jande. How many feel that yes, when we leave this place we are all lightened up. ਖੁਦ ਵੀ ਚਰਚ ਨਾਲ ਜੁੜੇ ਰਹੀਏ ਤੇ ਦੂਸਰੇ ਭੈਣ ਭਰਾਵਾਂ ਨੂੰ ਵੀ ਇਨਕਰੇਜ ਕਰੀਏ ਕਿ ਚਰਚ ਜਾਣਾ ਕਿੰਨਾ ਜ਼ਰੂਰੀ ਹੈ। ਐਂਡ ਇਟਸ ਇੰਪੋਰਟੈਂਟ ਫॉर ਅਸ ਟੂ ਬੀ ਕਨੈਕਟਡ ਵਿਦ ਦ ਚਰਚ ਐਂਡ ਇਨਕਰੇਜ ਅਦਰਸ ਆਲਸੋ ਟੂ ਕਮ ਟੂ ਚਰਚ। ਇਹ ਨਹੀਂ ਸੋਚਣਾ ਕਿ ਪਾਸਟਰ ਜੀ ਇੱਥੇ ਹੈ ਨੇ ਉਹੀ ਮੱਸਾ ਆ, ਉਹ ਪਰਮੇਸ਼ਰ ਇੱਕੋ ਹੀ ਆ। ਪਰਮੇਸ਼ਰ ਜਿੱਥੇ ਚਰਚ ਆ ਪਰਮੇਸ਼ਰ ਦਾ ਵਾਦਾ ਕਿ ਉਹ ਉੱਥੇ ਆ। ਪਾਸਟਰ ਜੀ ਵਾਲੇ ਉਹੀ ਅਨੋਇੰਟਿੰਗ, ਉਹੀ ਮੱਸਾ, ਉਹਦੇ ਅੰਡਰ ਅਸੀਂ ਪਰਮੇਸ਼ਰ ਦੀ ਸੇਵਾ ਕਰਦੇ ਆ। ਉਹ ਆਪਾਂ ਨੂੰ ਸਭ ਕੁਝ ਇੱਥੇ ਮਿਲਦਾ ਆ, ਪਰ ਫਿਜ਼ੀਕਲ ਤੌਰ ਤੇ ਉਹ ਇੱਥੇ ਕੁਝ ਸਮੇਂ ਲਈ ਨਹੀਂ ਹੁੰਦੇ। ਐਂਡ ਯੈਸ ਵੀ ਨੋ ਵੈਨ ਪਾਸਟਰ ਜੀ ਇਜ਼ ਨਾਟ ਹੇਅਰ, ਬਟ ਆਈ ਵਾਂਟ ਯੂ ਟੂ ਨੋ ਦ ਸੇਮ ਅਨੋਇੰਟਿੰਗ ਇਜ਼ ਹੇਅਰ, ਸੇਮ ਪ੍ਰੈਜ਼ੈਂਸ ਆਫ ਦ ਲਾਰਡ ਇਜ਼ ਹੇਅਰ ਐਟ ਦੈਟ ਟਾਈਮ ਐਸ ਵੈਲ ਵੈਨ ਹੀ ਇਜ਼ ਨੋ ਪਾਸਟਰ ਜੀ ਇਜ਼ ਨਾਟ ਹੇਅਰ ਫॉर ਅ ਲਿਟਲ ਬਿਟ ਆਫ ਦ ਟਾਈਮ। ਆਪਾਂ ਪੜ੍ਹਦੇ ਫਿਲਪੀਆਂ ਦਾ ਚੌਥੇ ਚੈਪਟਰ ਦਾ 4 ਤੋਂ 7 ਤੱਕ ਵਰਸ ਪੜ੍ਹਦੇ ਆ। ਫਿਲਪੀਅਨਸ 4। ਹਮੇਸ਼ਾ ਖੁਸ਼ ਰਹੋ, ਮੈਂ ਕਹਿੰਦਾ ਹਾਂ ਕਿ ਖੁਸ਼ ਰਹੋ। ਪਰਮੇਸ਼ਰ ਕੀ ਚਾਹੁੰਦਾ? ਖੁਸ਼ ਰਹੀਏ। The word of God says rejoice. Again I say rejoice. The Lord wants us to be rejoicing all the time. ਖੁਸ਼ੀ ਕਿੱਥੇ ਮਿਲਦੀ ਹੈ? ਆਪਾਂ ਦੇਖ ਲਿਆ ਜਦੋਂ ਆਪਾਂ ਇਕੱਠੇ ਹੁੰਦੇ ਹਾਂ। And where we get this joy when we are all together? In worship. ਬੰਧਨ ਟੁੱਟਦੇ ਆ। Bondages are breaking in during the worship. ਸ਼ੇਵੇਂ ਵਰਸ ਤੇ ਪੰਜਵੇਂ ਵਰਸ ਚ ਲਿਖਿਆ ਕਿ ਸਭ ਮਨੁੱਖਾਂ ਨਾਲ ਨਮਰਤਾ ਵਾਲਾ ਵਰਤਾਓ ਕਰੋ, ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਜੋ ਕੁਝ ਵੀ ਹੋਵੇ ਪ੍ਰਭੂ ਨੂੰ ਦੱਸੋ ਗੱਲ ਕੀ, ਪ੍ਰਾਰਥਨਾਵਾਂ ਅਤੇ ਅਰਦਾਸਾਂ ਦੁਆਰਾ ਉਸ ਦਾ ਧੰਨਵਾਦ ਕਰੋ। Amen. It says that get together with everyone humbly, pray for each other, just give thanks for everything. ਜਦੋਂ ਆਪਾਂ ਇੱਥੇ ਉਹਨੇ ਵਚਨ ਸ਼ੇਅਰ ਹੁੰਦਾ ਆ ਜਾਂ ਵਰਸ਼ਿਪ ਦੇ ਵਿੱਚ, ਆਪਾਂ ਨੂੰ ਪਤਾ ਲੱਗਦਾ ਕਿ ਉਹ ਸਾਡੀ ਚਿੰਤਾ ਕਰਦਾ ਹੈ। And when we are here, the word is being shared, then we realize that he is the one who's worrying for us. ਘਰ ਬੈਠੇ ਅਸੀਂ ਚਿੰਤਾ 'ਚ ਫਸੇ ਰਹਿੰਦੇ ਹਾਂ, ਸਾਡੀਆਂ ਸੋਚਾਂ ਕਈ ਵਾਰ ਸਾਨੂੰ ਘੇਰ ਲੈਂਦੀਆਂ ਆ। And at home when we are sitting there, sometimes the worries are giving us hard time when we're sitting at home. ਇੱਥੇ ਆਪਾਂ ਜਿੰਨੇ ਵੀ 2 ਘੰਟੇ 3 ਘੰਟੇ ਬੈਠੇ ਆਪਾਂ ਤੇ ਪਰਮੇਸ਼ਰ ਹੀ ਹੁੰਦੇ ਆ। And when we are sitting here for a couple of hours or 3 hours, it's us and the Lord and the Spirit. ਇਹ ਟਾਈਮ ਆ ਜਿਹਦੇ ਟਾਈਮ 'ਚ ਆਪਾਂ ਪਰਮੇਸ਼ਰ ਨਾਲ ਸਟਰੋਂਗਲੀ ਜੁਆਏ ਦੇ ਵਿੱਚ ਜੁੜ ਸਕਦੇ ਹਾਂ, ਸੰਗਤ ਦੇ ਵਿੱਚ ਜੁੜ ਸਕਦੇ ਹਾਂ, ਉਹ ਅਭਿਸ਼ੇਕ ਲੈ ਸਕਦੇ ਹਾਂ, ਬਰਕਤਾਂ ਲੈ ਸਕਦੇ ਹਾਂ। And this is the time when we get connected to the Lord strongly, we can receive that anointing and the presence of the Lord. ਜਿੱਦਾਂ ਪੌਲਸ ਫਿਲਪੀਆਂ ਦੇ ਵਿੱਚ ਕਹਿੰਦਾ ਆ, ਫਿਲਪੀਆਂ ਦਾ 4:13 ਕਹਿੰਦਾ, ਮੇਰੇ ਕੋਲ ਉਸਦੇ ਰਾਹੀਂ ਜੋ ਮੇਰੀ ਸ਼ਕਤੀ ਦਾ ਸੋਮਾ ਹੈ, ਹਰ ਅਵਸਥਾ ਵਿੱਚ ਰਹਿਣ ਦੀ ਸ਼ਕਤੀ ਹੈ। And again as it Paul says that he is the my strength, when I am in any situation I have strength in me. ਮੇਰੇ ਵਿੱਚ ਕਹਿੰਦਾ in me. ਉਹਦੇ ਰਾਹੀਂ through him ਜੋ ਮੇਰੀ ਸ਼ਕਤੀ ਦਾ ਸੋਮਾ ਆ। ਉਹਨੇ ਇਹ ਨਹੀਂ ਕਿਹਾ ਸੋਮਾ, ਆਪਾਂ ਨੂੰ ਪਤਾ ਆ ਸੋਮਾ ਫੁੱਟਦਾ ਆ ਜਦੋਂ, ਇੰਨੀ ਵੱਡੀ ਸ਼ਕਤੀ ਆ ਸਾਡੇ ਪਰਮੇਸ਼ਰ 'ਚ, ਉਹ ਕੋਈ ਛੋਟਾ ਨਹੀਂ ਗਾ, ਬਹੁਤ ਵੱਡਾ ਪਰਮੇਸ਼ਰ ਆ। He's not a small God, he's a big God almighty that we are. ਉਹ ਕੋਈ ਮਰਦਾ ਨਹੀਂ ਗਾ, and he is not dead. ਉਹ ਜੀਂਦਾ ਪਰਮੇਸ਼ਰ ਆ। He is alive. ਉਹਦੀਆਂ ਅੱਖਾਂ ਆਪਣੇ ਚਰਚ ਤੇ ਆਪਣੀ ਦੁਲਹਨ ਤੇ ਲੱਗੀਆਂ ਰਹਿੰਦੀਆਂ ਆ। His eyes are always on his church and on his. ਉਹ ਸਾਡੀ ਚਿੰਤਾ ਕਰਦਾ ਆ। And he worries about us. ਉਹ ਸਾਨੂੰ ਖੁਸ਼ੀਆਂ ਦੇਣੀਆਂ ਚਾਹੁੰਦਾ ਆ। He wants us to have. ਉਹਨੇ 45 ਵਾਰ ਨਵੇਂ ਨੇਮ 'ਚ ਕਿਹਾ ਕਿ ਇੱਕ ਦੂਜੇ ਨੂੰ ਬਰਕਤ ਦਿਓ, ਇੱਕ ਦੂਜੇ ਲਈ ਦੁਆ ਕਰੋ, ਇੱਕ ਦੂਜੇ ਨਾਲ ਖੁਸ਼ ਰਹੋ। And it says so many times in the word of God, pray for each other, be happy with each other. ਜੇ ਆਪਾਂ ਨਹੀਂ ਇਕੱਠੇ ਹੋਵਾਂਗੇ ਤੇ ਕੀ ਬਰਕਤਾਂ ਕਿੱਥੋਂ ਲਵਾਂਗੇ? If we are not getting together, how will we be receiving those blessings? Hallelujah. Amen.
ਜਦੋਂ ਅਸੀਂ ਇਕੱਠੇ ਹੁੰਨੇ ਆ ਸੰਗਤੀ ਚ ਬਣੇ ਰਹਿੰਨੇ ਤੇ ਹਰ ਹਾਲਾਤ ਵਿੱਚ ਰਹਿਣ ਦੀ ਸ਼ਕਤੀ ਦੇ ਯੋਗ ਹੋ ਜਾਂਦੇ ਅਸੀਂ ਕਮਜ਼ੋਰ ਨਹੀਂ ਰਹਿੰਦੇ when we are together we are strong then at that time we can stand against anything ਅਸੀਂ ਗਿਵ ਅਪ ਨਹੀਂ ਕਰਨਾ ਤਕੜੇ ਰਹਿਣਾ ਆ ਜਦੋਂ ਅਸੀਂ ਕਹਿੰਨੇ ਪਰਮੇਸ਼ਰ ਆ ਮੁਸੀਬਤ ਤੇਰੇ ਹੱਥਾਂ ਚ ਦਿੱਤੀ ਆ ਤਾਂ ਪਰਮੇਸ਼ਰ ਕਹਿੰਦਾ ਤੇਰੀ ਲੜਾਈ ਨੂੰ ਮੈਂ ਲੜੂੰਗਾ and when we stay strong we're not to stay weak anymore because when we give the situation in lord's hand and the lord says I am fighting your battle ਤੁਸੀਂ ਯਾਦ ਰੱਖੋ ਤੁਸੀਂ ਇੱਥੇ ਪਰਮੇਸ਼ਰ ਦੀ ਹਜ਼ੂਰੀ 'ਚ ਬੈਠੇ ਆ ਤੁਹਾਡੀ ਜੋ ਵੀ ਸਿਚੁਏਸ਼ਨ ਆ ਪਰਮੇਸ਼ਰ ਆਪ ਹੈਂਡਲ ਕਰੂਗਾ remember you are here sitting in the presence of the lord whatever situation you are going through god himself will handle it ਕਿਉਂਕਿ ਜਿੰਨਾ ਪਰਮੇਸ਼ਰ ਦੇ ਨੇੜੇ ਆਉ ਤਾਂ ਉਨਾ ਹੀ ਪਰਮੇਸ਼ਰ ਤੁਹਾਡੇ ਨੇੜੇ ਆਊਗਾ because more you come closer to the lord he will come close to you ਸੰਗਤ ਦੇ ਵਿੱਚ ਅਸੀਂ ਸਭ ਤੋਂ ਜਿਆਦਾ ਪਰਮੇਸ਼ਰ ਦੇ ਨੇੜੇ ਆਉਂਦੇ ਹਾਂ and when we are in fellowship we come close to him the most hallelujah hallelujah amen ਆਪਾਂ ਪੜ੍ਹਦੇ ਹਾਂ ਪੰਜਵਾਂ ਪੁਆਇੰਟ and this is our last and fifth point ਤਕੜਾ ਵਿਸ਼ਵਾਸੀ ਕਿੱਦਾਂ ਬਣ ਸਕਦੇ ਹਾਂ how to become a strong believer ਤਕੜੇ ਵਿਸ਼ਵਾਸੀ ਆਪਾਂ ਸਾਰੇ ਜਾਣੇ ਵਿਸ਼ਵਾਸੀ ਤਾਂ ਆਪਾਂ ਸਾਰੇ ਤਕੜੇ ਕਿੱਦਾਂ ਹੋ ਸਕਦੇ ਰੂਹ ਦੇ ਵਿੱਚ we are all believers but we want to all need to know how to get strong in the spirit ਇੱਕ ਦੂਜੇ ਦੇ ਪਿਆਰ ਦੇ ਰਾਹੀਂ through each other's love worship ਦੇ ਰਾਹੀਂ through the worship ਜਿੱਦਾਂ ਆਪਾਂ ਕਿਹਾ ਜਦੋਂ ਦੁਆ ਹੁੰਦੀ ਆ ਪ੍ਰੋਫੈਸੀ ਹੁੰਦੀ ਉਹਦੇ ਵਿੱਚ ਵੀ ਸਾਨੂੰ ਤਕੜਾਈ ਮਿਲਦੀ ਕਿ ਪਰਮੇਸ਼ਰ ਸਾਡੇ ਨਾਲ ਗੱਲਬਾਤ ਕਰਦਾ ਆ and when we are receiving the prophecy and the prayer god talks to us ਚਰਚ ਇੱਕ ਦੂਜੇ ਨਾਲ ਇਕੱਠੇ ਹੋ ਕੇ ਤਰੱਕੀ ਕਰਦਾ ਹੈ ਐਡੀਫਾਈ ਹੁੰਦਾ ਆ ਐਂਡ ਵੈਨ ਦ ਚਰਚ ਇਜ਼ ਆਲ ਟੁਗੇਦਰ ਦ ਚਰਚ ਗੈਟਸ ਐਡੀਫਾਈਡ ਇੱਕ ਦੂਜੇ ਤੋਂ ਆਪਾਂ ਬਰਕਤ ਪਾਉਨੇ ਆ ਇੱਕ ਦੂਜੇ ਦੇ ਚਿਹਰੇ ਨੂੰ ਦੇਖ ਕੇ ਹੀ ਆਪਾਂ ਬਰਕਤ ਪਾਉਨੇ ਆ ਵੈਨ ਵੀ ਸੀ ਈਚ ਅਦਰਸ ਫੇਸ ਦੈਨ ਵੀ ਰੀਸੀਵ ਬਲੇਸਿੰਗਸ ਆਪਾਂ ਪੜ੍ਹਦੇ ਆ ਫਿਲੀਪੀਆਂ ਦਾ ਦੂਜੇ ਚੈਪਟਰ ਦਾ 13ਵਾਂ ਵਰਸ ਗਿਨ ਰੀਡ ਫਿਲੀਪੀਨਸ 2:13 ਵਚਨ ਕਹਿੰਦਾ ਆ ਕਿ ਪਰਮੇਸ਼ਰ ਆਪ ਤੁਹਾਡੇ ਵਿੱਚ ਰਹਿ ਕੇ ਕੰਮ ਕਰਦਾ ਹੈ And the word says that God himself is living in you and working ਕਿ ਤੁਹਾਡੀ ਇੱਛਾ ਅਤੇ ਕੰਮਾਂ ਨੂੰ ਆਪਣੇ ਉਦੇਸ਼ ਅਨੁਸਾਰ ਪੂਰਾ ਕਰੇ so he can fulfill your desires according to his will ਹੁਣ ਜਦੋਂ ਆਪਾਂ ਇਕੱਠੇ ਹੁੰਨੇ ਆ ਇੱਥੇ ਪਰਮੇਸ਼ਰ ਆਪ ਸਾਡੇ ਵਿੱਚ ਰਹਿ ਕੇ ਕੰਮ ਕਰਦਾ ਆ ਕਿ ਸਾਡੀਆਂ ਆਸ਼ਾਵਾਂ ਅਤੇ ਸਾਡੇ ਕੰਮਾਂ ਨੂੰ ਆਪਣੇ ਉਦੇਸ਼ ਮੁਤਾਬਕ ਉਹਦਾ ਮਕਸਦ ਪੂਰਾ ਹੁੰਦਾ ਸਾਡੀਆਂ ਜ਼ਿੰਦਗੀਆਂ 'ਚ when we are all together when we have fellowship that's the time when according to his will our desires are being fulfilled ਅੱਜ ਜੇ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਉਹਦਾ ਬੁਲਾਵਾ ਕੀ ਆ if somebody doesn't know today what is your calling ਆਪਣੇ ਆਪ ਨੂੰ ਚਰਚ ਦੇ ਨਾਲ ਇਨਵੋਲਵ ਕਰੀਏ let's get involved with the church more and more ਉਹਦੀ ਇੱਛਾ ਨੂੰ ਜਾਣੀਏ let's know his will ਜਦੋਂ ਅਸੀਂ ਚਰਚ ਦੇ ਵਿੱਚ ਸੇਵਾ ਕਰਦੇ ਹਾਂ ਜਿਹੜਾ ਵੀ ਭੈਣ ਭਰਾ ਜ਼ਿਆਦਾ ਸੇਵਾ ਕਰਦਾ ਹੋਊਗਾ ਉਹ ਤਕੜਾ ਵਿਸ਼ਵਾਸੀ ਹੋਊਗਾ ਐਂਡ ਵੈਨ ਵੀ ਆਰ ਸਰਵਿੰਗ ਇਨ ਦ ਲਾਰਡ ਐਂਡ ਵੈਨ ਵੀ ਸੀ ਦ ਐਸ ਵੀ ਸੀ ਬ੍ਰਦਰਸ ਐਂਡ ਸਿਸਟਰ ਮੋਰ ਐਂਡ ਮੋਰ ਵਰਕਿੰਗ ਇਨ ਸਰਵਿਸ ਵੀ ਨੋ ਹੀ ਇਜ਼ ਅ ਸਟਰੋਂਗ ਬਲੀਵਰ ਜਿੱਦਾਂ ਜਿੱਦਾਂ ਆਪਣੇ ਚਰਚ ਦੇ ਵਿੱਚ ਪਾਸਟਰ ਜੀ ਨੇ ਆਪਾਂ ਨੂੰ ਸਾਰਿਆਂ ਨੂੰ ਮੌਕਾ ਦਿੰਦੇ ਕਿ ਆਪਾਂ ਆ ਕੇ ਪਰਮੇਸ਼ਰ ਦੀ ਸੇਵਾ ਕਰ ਸਕੀਏ ਐਂਡ ਪਾਸਟਰ ਜੀ ਆਲਵੇਜ਼ ਗਿਵ ਦੀ ਓਪਰਚੁਨਿਟੀ ਟੂ ਆਲ ਆਫ ਅਸ ਸੋ ਵੀ ਕੈਨ ਕਮ ਐਂਡ ਸਰਵ ਇਨ ਦ ਹਾਊਸ ਆਫ ਦ ਲਾਰਡ ਜਦੋਂ ਆਪਾਂ ਸੇਵਾ ਦੇ ਵਿੱਚ ਐਕਟਿਵ ਹੁੰਨੇ ਆ ਉਦੋਂ ਸਾਡੇ ਜਿਹੜੇ ਗਿਫਟ ਦਿਸਣੇ ਸ਼ੁਰੂ ਹੁੰਦੇ ਨੇ ਐਂਡ ਵੈਨ ਵੀ ਆਰ ਐਕਟਿਵ ਇਨ ਦ ਸਰਵਿਸ ਦੈਟਸ ਵੈਨ ਆਰ ਗਿਫਟਸ ਸਟਾਰਟ ਟੂ ਸ਼ੋ ਜਦੋਂ ਮੈਂ ਨਵੀਂ ਸੀ ਮੈਂ ਤੁਹਾਨੂੰ ਦੱਸਾਂ ਮੈਂ ਹਰ ਇੱਕ ਮੀਟਿੰਗ ਦੇ ਵਿੱਚ ਚੱਲ ਜਾਂਦੀ ਸੀ ਐਂਡ ਵੈਨ ਆਈ ਵਾਸ ਨਿਊ ਆਈ ਟੈਲ ਯੂ ਆਈ ਯੂਸ ਟੂ ਗੋ ਟੂ ਐਵਰੀ ਸਿੰਗਲ ਸਰਵਿਸ অর ਮੀਟਿੰਗ ਮੈਨੂੰ ਯਾਦ ਆ ਗਿਆ ਮੈਂ ਯੂਥ 'ਚ ਵੀ ਜਾਂਦੀ ਸੀ ਐਂਡ ਆਈ ਯੂਸ ਟੂ ਗੋ ਇਨ ਦ ਯੂਥ ਮੀਟਿੰਗ ਮੈਂ ਸੀਨੀਅਰ ਮੀਟਿੰਗ 'ਚ ਵੀ ਜਾਂਦੀ ਸੀ ਆਈ ਯੂਸ ਟੂ ਗੋ ਇਨ ਦ ਸੀਨੀਅਰ ਮੈਂ ਲੇਡੀਜ਼ ਮੀਟਿੰਗ 'ਚ ਵੀ ਜਾਂਦੀ ਸੀ ਲੇਡੀਜ਼ ਮੀਟਿੰਗ ਤੇ ਮੈਂ ਜਿਹੜੀਆਂ ਰੈਗੂਲਰ ਮੀਟਿੰਗ ਸੀ ਪ੍ਰੇਅਰ ਮੀਟਿੰਗ ਤੇ ਚਰਚ ਦੀਆਂ ਮੀਟਿੰਗ ਸਾਰੀਆਂ ਅਟੈਂਡ ਕਰਦੀ ਪ੍ਰੇਅਰ ਮੀਟਿੰਗ ਐਂਡ ਐਨੀ ਮੀਟਿੰਗ ਦੈਟ देयर ਵਾਸ ਆਈ ਯੂਸ ਟੂ ਗੋ ਟੂ ਦੈਮ ਆਲ ਮੈਂ ਨਹੀਂ ਸੀ ਦੇਖਦੀ ਮੇਰੇ ਨਿਆਣੇ ਤਾਂ ਮੇਰਾ ਘਰ ਵਾਲਾ ਰੋਟੀ ਕਿੱਦਾਂ ਖਾਉਗੇ ਮੈਂ ਛੱਡ ਕੇ ਚਲ ਜਾਂਦੀ ਸੀ ਐਂਡ ਆਈ ਨੈਵਰ ਯੂਸ ਟੂ ਸੀ ਵਾਟਸ ਗੋਇੰਗ ਔਨ ਇਨ ਦ ਹਾਊਸ ਬਟ ਆਈ ਜਸਟ ਵਾਂਟਡ ਟੂ ਗੋ ਟੂ ਦ ਸਰਵਿਸਸ ਪਰਮੇਸ਼ਰ ਦਾ ਧੰਨਵਾਦ ਕਰਦੇ ਇਦਾਂ ਹੀ ਕਮਲਿਆਂ ਵਾਂਗੂ ਜਾਣਨਾ ਤੁਹਾਨੂੰ ਪਤਾ ਲੱਗਦਾ ਕਿ ਤੁਹਾਡਾ ਗਿਫਟ ਕੀ ਆ ਤੁਹਾਡੀ ਸੇਵਾ ਕਿੱਧਰ ਨੂੰ ਆ ਐਂਡ ਵੈਨ ਯੂ ਆਰ ਇਨ ਲਵ ਵਿਦ ਜੀਸਸ ਸੋ ਕ੍ਰੇਜ਼ੀਲੀ ਦੈਟ ਯੂ ਗੋਡ ਵਿਲ ਸ਼ੋ ਯੂ ਵਾਟ ਇਜ਼ ਯੋਰ ਕਾਲਿੰਗ ਤੇ ਜਦੋਂ ਮੈਨੂੰ ਕਿਹਾ ਗਿਆ ਕਿ ਤੂੰ ਅੱਗੇ ਆ ਕੇ ਸੇਵਾ ਕਰ ਤਾਂ ਮੈਂ ਕਹਿੰਦੀ ਸੀ ਮੈਂ ਇਹ ਨਹੀਂ ਕਰ ਸਕਦੀ ਐਂਡ ਵੈਨ ਸਮਬਡੀ ਵੈਨ ਆਈ ਵਾਸ ਆਸਕਡ ਟੂ ਕਮ ਫੋਰਵਰਡ ਐਂਡ ਸਰਵ ਦ ਲਾਰਡ ਐਂਡ ਆਈ ਸੈਡ ਥਿਸ ਇਜ਼ ਨਾਟ ਪੋਸੀਬਲ ਆਈ ਕੈਨਟ ਡੂ ਥਿਸ ਪਰ ਜਿਹੜੇ ਪਰਮੇਸ਼ਰ ਦੇ ਸੇਵਕ ਆ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਵਿੱਚ ਕਿਹੜੇ ਗਿਫਟ ਆ ਜਦੋਂ ਅਸੀਂ ਚਰਚ ਦੇ ਵਿੱਚ
fellowship de vich operate hunde. But we know the man of God, the people of God, they know when we are working together in the church, they know how what kind of gift we have in us and how we can serve the Lord. Meri ichha pata ki hundi si ki aunty ji worship karde inna de naal worship kariya karde ha. And this used to be my desire that when aunty ji used to worship, I used to say, well, I want to worship together with just ke mera eh bulawa hi nahi si, eh ta meri apni desire si. That was not my calling, that was just my own desire. Church ch jado aap ikatthe hunne te fruit vich vi vadde ha te gift vich vi vadde ha. When we get together in the church, we grow in the fruit of the Holy Spirit and in gifting. Is karke parmeshwar de agge aao, and that's why I come to the Lord, and parmeshwar de church de vich involve hoiye. Let's get involved in the church ta jo jehde sade tohfe chupyo aa oh reveal ho sakan te parmeshwar da sharir jehda operate ho sake. So that's the gifts that are hidden in us, they can be revealed and the God's work can start happening. Te parmeshwar da vachan pura hove. May the word of God be fulfilled. Jithe bhra ik mann ho ke ikatthe hunde aa, where the brothers and sisters get together in one mind, utthe parmeshwar da abhishek bolda hai. And that's where the anointing of the Lord comes upon. Othe massa utarda hai, and the anointing comes. Othe hazuri utardi hai, his presence. Parmeshwar di hazuri bandhana nu tod dindi hai, and his presence break the bondages. Hallelujah, hallelujah. Aao apa sare jane prarthna de vich jaiye, kyunki parmeshwar itthe aa, parmeshwar di hazuri itthe aa, bandhan tuttan ge. Ena socho ajj prabhu di hazuri de vich bandhan tuttan ge. Sare jane apniyan akhaan us parmeshwar te laiye. And let's today, his presence is here, and today we believe the bondage is gonna be breaking. So let's keep our eyes on the Lord, because he is here and he is able to do everything here. Ithe parmeshwar ne apni barkat den di vaada kita hai, and this is how God has promised to give his blessings. Hallelujah, all together. हालेलुया. आपा परमेश्वर दे अगे जो वचन सुनया इदे राही आपा प्रार्थना करदे परमेश्वर दे अगे कि परमेश्वर आज जो भी मैं कहूंगी कि जो मेरी टेस्टमनी है ओ तुहाडी भी टेस्टमनी होवे. हालेलुया. And today I'll say whatever was my testimony, I want that to be your testimony as well. जे कोई आज दुखी मन दे नाल चर्च आया, घरों परेशानी चो आया आ, if anybody comes with heavy hearted today to the church, ते परमेश्वर दे अगे आपा प्रार्थना करदे आ कि परमेश्वर जिदा असी जवाई दे नाल आउने आ, जवाई दे नाल आए आ, इदां ही हो जावे प्रभु जी. And we pray, Lord, just the way we come with joy, with your joy, may they also receive that same joy. Amen. Amen. आपा प्रार्थना दे विच जावांगे, जिन्हां नूं प्रार्थना दी लोड़ होवे ओह अगे आ के प्रार्थना लई आ सकदे आ. सिस्टर सुसी नूं कहांगे कि प्रार्थना दे विच सानूं लैके जाण. हालेलुया, हालेलुया. लॉर्ड पिता परमेश्वर, असीं अज तेरा धन्नवाद करदे हां इस वचन दे लई. पिता परमेश्वर, जो असीं सुणे आ पिता परमेश्वर, तेरा ही धन्नवाद करदे हां पिता परमेश्वर, क्योंकि सानूं कितनी जरूरत है पिता परमेश्वर कि असीं खुशी दे नाल पिता परमेश्वर इत्थे फैलोशिप दे विच इकट्ठे होईए. हर बार पिता परमेश्वर तेरे ते अखां ला के असीं इत्थे आईए पिता परमेश्वर. अज दा वचन पिता परमेश्वर जो साडे दिलां दे विच बोया गया है, हे बी पिता परमेश्वर, इह घर घर जावे, वड्डा होवे, फल देवे पिता परमेश्वर. इह साडी दुआ है अज पिता परमेश्वर. अज असीं एक एक भैण भरा नूं जो है थां ते मौजूद ने पिता परमेश्वर, उहनां दे उत्ते असीं बरकत बोलदे हां पिता परमेश्वर. तू जानदा है पिता परमेश्वर केड़ी सिचुएशन च कोई भी अपने घरों अज इत्थे आया है पिता परमेश्वर, पर तेरियां अखां लगियां होईयां ने उस बंदे ते पिता परमेश्वर. असीं जानदे हां पिता परमेश्वर तू दिलां नूं जांचण वाला परमेश्वर आ. तू देखदा है परमेश्वर कि कितना उस थां तों निकल के अज तेरी हजूरी दे विच बंदा बैठा है पिता परमेश्वर. तू कदे भी खाली नहीं मोड़ेगा पिता परमेश्वर. तेरे बरकत पिता परमेश्वर नाल जाऊगी पिता परमेश्वर. तेरा धन्नवाद करदे हां कि तू नरम दिलां वालियां नूं भालदा है पिता परमेश्वर. नरम दिलां वालियां नूं बरकत दिंदा है पिता परमेश्वर. जिहड़े तेरे पिछे लगदे ने पिता परमेश्वर, तू पूरी उहनां दी देखभाल करदा है पिता परमेश्वर. असीं तेरा धन्नवाद करदे हां अज पिता परमेश्वर. हर एक भैण भरा ते पिता परमेश्वर, हर एक घराने ते हर एक परिवार ते बरकत बोलदे हां पिता परमेश्वर. ते जिहड़ियां भी अड़चना आउंदियां ने जदों असीं घरां तों तुरदे हां पिता परमेश्वर, अज उहनां नूं असीं कैंसल करदे हां यीशु मसीह जी दे नां दे विच. ते शैतान तू कन्न खोल के सुन ला, तेरा साडे नाल कोई लेना देना नहीं गा, क्योंकि लहू परमेश्वर यीशु मसीह जी दे लहू दे हेठां असीं हैगे आ, ते उहदे लहू दे नाल खरीदे गए आ, रिडीम कीते गए आ असीं, तां छुटकारा.